ਸੋਹੀ ਸਵੇਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜੀਤ ਪਿੱਖੀ ਸਵਾਗਤ ਕਰਦਾ ਹਾਂ। ਦੋਸਤੋ ਤਰਕਸ਼ੀਲ ਵਾਰਤਾ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਸੀਂ ਇੱਕ ਵਾਰੀ ਫੇਰ ਤੋਂ ਸੱਦਾ ਦਿੰਦਾ ਹੈ ਮਾਸਟਰ ਸਰਜੀਤ ਦੌਧਰ ਜੀ ਨੂੰ ਜਿਨ੍ਹਾਂ ਦੇ ਨਾਲ ਅੱਜ ਆਪਾਂ ਰੱਬ ਦੀ ਹੋਂਦ ਬਾਰੇ ਕੁਦਰਤ ਬਾਰੇ ਗੱਲਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਕਰਾਂਗੇ ਸਵਾਗਤ। ਸਰਜੀਤ ਦੌਧਰ ਜੀ ਬਹੁਤ-ਬਹੁਤ ਸਵਾਗਤ। ਬਹੁਤ ਧੰਨਵਾਦ ਜੀ। ਪਿੱਖੀ ਜੀ ਆ ਤੁਹਾਡੇ ਦਰਸ਼ਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਮਿਲਾਉਣ ਲੱਗੇ ਆ। ਜੀ। ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਦਰਸ਼ਕਾਂ ਨੂੰ ਮਿਲਦੇ ਆ ਕਿਉਂਕਿ ਕਈ ਕਿਸਮ ਦੀਆਂ ਇਹ ਜਿੰਨੀਆਂ ਗੱ ਜਿਹੜੀਆਂ ਜਿਵੇਂ ਕਹਿ ਲਿਆ ਇੱਕ ਰੂਸੀ ਕਹਾਵਤ ਆ ਵੀ ਇੱਕ ਸੇਬ ਤੁਹਾਡੇ ਕੋਲੇ ਐ ਇੱਕ ਮੇਰੇ ਕੋਲੇ ਐ ਜੇਕਰ ਆਪਾਂ ਵਟਾਲ ਗਏ ਤਾਂ ਇੱਕ ਇੱਕ ਹੀ ਰਹਿਣਾ ਇੱਕ ਵਿਚਾਰ ਤੁਹਾਡੇ ਕੋਲੇ ਇੱਕ ਮੇਰੇ ਕੋਲੇ ਜੇ ਵਟਾਲ ਗਏ ਤਾਂ ਦੋ-ਦੋ ਹੋ ਜਾਂਦੇ ਆ ਤੇ ਦਰਸ਼ਕਾਂ ਕੋਲੇ ਤਾਂ ਨੇਕਾਂ ਵਿਚਾਰ ਆ ਜਿਹੜੇ ਆਪਣੇ ਕੋਲੇ ਚਿੱਠੀਆਂ ਰਾਹੀਂ ਸੁਨੇਹਾਂ ਰਾਹੀਂ ਪਹੁੰਚਦੇ ਆ ਉਹਨਾਂ ਵਿਚਾਰਾਂ ਨੂੰ ਆਪਾਂ ਸਾਂਝੇ ਕਰਾਂਗੇ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੱਕ ਵਾਰੀ ਫਿਰ ਤੋਂ ਜਿਹੜਾ ਸਮਾਂ ਦਿੱਤਾ ਤਾਂ ਕਿ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਲਗਾਤਾਰ ਜਿਹੜੀ ਵਿਗਿਆਨਿਕ ਸੋਚ ਦਾ ਪਸਾਰਾ ਕੀਤਾ ਜਾਵੇ ਬਸ ਆਪਣੀ ਸੋਚ ਇੱਕ ਹੈ ਸਮਝ ਇੱਕ ਹੈ ਤੇ ਸਮਝ ਵਾਸਤੇ ਤੁਹਾਡਾ ਮੰਚ ਹੈ ਉਸ ਮੰਚ ਵਾਸਤੇ ਫਿਰ ਸਾਨੂੰ ਤਾਂ ਸਮਾਂ ਕੱਢਣਾ ਪੈਣਾ ਕਿਉਂਕਿ ਸਮਰਪਤਾ ਸੀ ਵੀ ਇਸੇ ਨੂੰ ਹੋਏਵੇਂ ਤੇ ਬਹੁਤ ਧੰਨਵਾਦ ਜੀ ਹਾਂਜੀ ਤੇ ਮੈਂ ਸਭ ਤੋਂ ਪਹਿਲਾ ਸਵਾਲ ਇੱਥੇ ਸ਼ੁਰੂ ਕਰੂੰਗਾ ਕਿ ਜਦੋਂ ਵੀ ਕੋਈ ਕਿਸੇ ਦੇ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਲੋਕ ਜਿਹੜੇ ਨੇ ਸਿਆਣਿਆਂ ਨੂੰ ਕਹਦੇ ਸਿਆਣਾ ਸਮਝਣ ਲੱਗ ਜਾਂਦੇ ਨੇ ਉਹਨਾਂ ਦੇ ਝੁੰਗਲ 'ਚ ਫਸ ਜਾਂਦੇ ਨੇ ਫਸ ਜਾਂਦੇ ਬਿਲਕੁਲ ਤੇ ਸਿਆਣੇ ਵੀ ਅੱਗੋਂ ਕਿਸੇ ਤਾਕਤ ਦਾ ਦੇ ਕੇ ਹਵਾਲਾ ਗਏ ਤਾਕਤ ਤੁਹਾਡੇ ਪਿੱਛੇ ਜੇ ਤਾਕਤ ਹੈ ਉਹਨਾਂ ਦੀ ਮਾਨਸਿਕ ਲੋਟ ਆਰਥਿਕ ਲੋਟ ਕਰਦੇ ਨੇ ਤੁਸੀਂ ਕੀ ਸੋਚਦੇ ਹੋ ਕਿ ਤਾਕਤ ਵਾਕਈ ਪਿੱਛੇ ਹੁੰਦੀ ਹੈ ਕੀ ਤੁਹਾਡਾ ਕੀ ਨਜ਼ਰੀਆ ਇਸ ਬਾਰੇ ਅਸਲ ਚਾ ਸਾਡਾ ਜਿਹੜਾ ਦਿਮਾਗ ਹੈ ਦਿਮਾਗ ਦੇ ਵਿੱਚ ਤਿੰਨ ਕਿਸਮ ਦਾ ਸਾਡੇ ਵਿਭਾਗ ਹੈ ਦਿਮਾਗ ਦੇ ਆਪਾਂ ਕਹਿ ਸਕਦੇ ਹਾਂ ਇੱਕ ਇੱਦ ਇੱਕ ਈਗੋ ਹੈ ਤੇ ਇੱਕ ਸੁਪਰ ਈਗੋ ਹੈ ਜੀ ਇਹਦੀ ਮੈਂ ਇੱਕ ਉਦਾਹਰਨ ਦੇ ਕੇ ਤੁਹਾਨੂੰ ਸੌਖਾ ਸਮਝਾ ਸਕਦਾ ਹਾਂ ਸੋ ਉਦਾਹਰਨ ਨਾਲ ਬੜਾ ਸੌਖਾ ਸਮਝ ਆਉਂਦਾ ਬਿਲਕੁਲ ਵੀ ਕਿਸੇ ਜੰਗਲ ਦੇ ਵਿੱਚ ਬਿਆਬਾਨ ਦੇ ਵਿੱਚ ਅਸੀਂ ਤੁਰੇ ਜਾਂਦੇ ਹਾਂ ਪੈਦਲ ਤੇ ਸਾਨੂੰ ਪਿਆਸ ਲੱਗਦੀ ਹੈ ਜਦੋਂ ਸਾਨੂੰ ਪਿਆਸ ਲੱਗਦੀ ਹੈ ਤਾਂ ਸਾਡਾ ਜਿਹੜਾ ਸਰੀਰ ਆ ਉਹ ਪਾਣੀ ਦੀ ਮੰਗ ਕਰਦਾ ਪਾਣੀ ਦੀ ਮੰਗ ਉਹਨੇ ਕਿਹਦੇ ਕੋਲੋਂ ਕਰਨੀ ਆ ਦਿਮਾਗ ਕੋਲੋਂ ਕਿਉਂਕਿ ਦਿਮਾਗ ਨੂੰ ਦਿਮਾਗ ਨੇ ਦੱਸਣਾ ਵੀ ਪਾਣੀ ਦੀ ਲੋੜ ਹੈ ਹੁਣ ਦਿਮਾਗ ਕੋਲੇ ਜਰੀਆ ਕੀ ਆ ਪਾਣੀ ਨੂੰ ਲੱਭਣ ਦਾ ਅੱਖਾਂ ਉਹਨੇ ਫਿਰ ਅੱਖਾਂ ਨੂੰ ਉਦੇਸ਼ ਦੇਣਾ ਵੀ ਤੁਸੀਂ ਵੇਖੋ ਕਿਤੇ ਪਾਣੀ ਦਿਸਦਾ ਤਾਂ ਆਪਾਂ ਪਾਣੀ ਸਰੀਰ ਦੇ ਅੰਗਾਂ ਨੂੰ ਦੇਣਾ ਹੁਣ ਅੱਖਾਂ ਨੇ ਆਪਦੀ ਰੇਂਜ ਆ ਜਿਹੜੀ ਉਹ ਬਦਾਤੀ 2 ਕਿਲੋਮੀਟਰ ਤੱਕ ਕਰਦੀ ਜੇ ਉਹ ਪਹਿਲਾ ਕਿਲੋਮੀਟਰ ਤੱਕ ਸਹਿਜ ਨਾਲ ਵੇਖਦੇ ਸੀ ਆਪਾਂ ਬਹੁਤ ਜ਼ੋਰ ਲਾ ਕੇ ਵੇਖਣਾ ਸ਼ੁਰੂ ਕਰਤਾ ਹੁਣ ਕੁਝ ਦੇਰ ਬਾਅਦ ਅੱਖਾਂ ਵੀ ਥੱਕ ਜਾਂਦੀਆਂ ਦੇਖਦੀਆਂ ਦੇਖਦੀਆਂ ਜਦੋਂ ਅੱਖਾਂ ਥੱਕਦੀਆਂ ਤੇ ਫਿਰ ਉਹ ਵਾਪਸੀ ਸੁਨੇਹਾ ਸਾਡੇ ਦਿਮਾਗ ਨੂੰ ਭੇਜ ਦਿੰਦੀਆਂ ਵੀ ਮੇਰੀ ਵੀ ਬੇਵਾਹ ਹੁਣ ਤੇ ਤੁਸੀਂ ਮੇਰਾ ਇਲਾਜ ਵੀ ਕਰਮ ਕਿਉਂਕਿ ਸਿਸਟਮ ਦਿਮਾਗ ਹੀ ਹੈ ਜਿਹਨੇ ਅੱਖਾਂ ਦਾ ਇਲਾਜ ਵੀ ਕਰਨਾ ਤੇ ਅੰਗਾਂ ਦਾ ਵੀ ਕਰਨਾ ਅੰਗ ਪਾਣੀ ਮੰਗਦੇ ਆ ਅੱਖਾਂ ਥੱਕ ਗਈਆਂ ਦੇਖਦੀਆਂ ਹੁਣ ਦੋਨਾਂ ਦਾ ਇਲਾਜ ਦਿਮਾਗ ਨੇ ਕਰਨਾ ਦੋਨਾਂ ਦਾ ਇਲਾਜ ਫਿਰ ਉਹ ਕੀ ਕਰਦਾ ਫਿਰ ਉਹ 2 ਕਿਲੋਮੀਟਰ ਤੇ ਜਾਂ 2.5 ਕਿਲੋਮੀਟਰ ਤੇ ਇੱਕ ਜਿੱਥੇ ਵੀ ਸਾਡੀ ਆਸਥਾ ਪਾਣੀ ਦੀ ਜੇ ਤਾਂ ਸਾਨੂੰ ਨਲਕੇ ਤੋਂ ਮਿਲਦਾ ਨਲਕਾ ਦੇਸੂਗਾ ਜੇ ਸਾਨੂੰ ਖੂਹ ਸਾਡੇ ਬਾਗ ਵਿੱਚ ਪਿਆ ਤਾਂ ਖੂਹ ਜੇ ਕੋਈ ਹੋਰ ਮਤਲਬ ਕਿਸੇ ਕਿਸਮ ਦਾ ਸੋਰਸ ਆ ਉਹਦਾ ਪਾਣੀ ਦਾ ਉਹ ਸਾਨੂੰ ਅੱਖਾਂ ਦੇ ਰਾਹੀਂ ਸਰੀਰ ਨੂੰ ਦਿਮਾਗ ਵਖਾ ਦਿੰਦਾ ਵੀ ਜਦੋਂ ਤੁਸੀਂ ਉੱਥੇ ਪਹੁੰਚਿਆ ਨਾ ਤੂੰ ਉਦੋਂ ਤੈਨੂੰ ਪਾਣੀ ਮਿਲ ਜੂਗਾ ਅੱਖਾਂ ਨੇ ਦੇਖਣਾ ਬੰਦ ਕਰਤਾ ਜ਼ੋਰ ਲਾ ਕੇ ਤੇ ਅੰਗਾਂ ਨੂੰ ਇੱਕ ਸੁਝਾਅ ਮਿਲ ਗਿਆ ਵੀ ਜਿੰਨਾ ਚਿਰ ਉੱਥੇ ਨਹੀਂ ਜਾਂਦੇ ਉਹਨਾਂ ਚਿਰ ਪਾਣੀ ਨਹੀਂ ਮਿਲਣਾ ਮਤਲਬ ਦੋਨਾਂ ਦਾ ਇਲਾਜ ਦਿਮਾਗ ਨੇ ਕਰ ਲਿਆ ਕਈ ਵਾਰੀ ਬੱਚੇ ਰਾਤ ਨੂੰ ਉੱਠ ਕੇ ਭੱਜਦੇ ਆ ਜੀ ਅਸੀਂ ਵੇਖਦੇ ਆ ਵੀ ਰਾਤ ਨੂੰ ਉੱਠ ਕੇ ਬੱਚਾ ਭੱਜ ਲਿਆ ਅਸਲ ਜੋਸ਼ ਭੱਜਣ ਪਿੱਛੇ ਉਸ ਬੱਚੇ ਨੂੰ ਬਚਾਉਣ ਦਾ ਕੰਮ ਕਰਦਾ ਦਬਾਅ ਉਹ ਕੀ ਹੈ ਵੀ ਜਦੋਂ ਅਸੀਂ ਸਿੱਧੇ ਪੈਂਦੇ ਆ ਸਿੱਧੇ ਪੈਂਦਿਆਂ ਦਾ ਕਈ ਵਾਰੀ ਹੱਥ ਸਾਡਾ ਦਿਲ ਤੇ ਆ ਜਾਂਦਾ ਜਦੋਂ ਦਿਲ ਦੇ ਉੱਤੇ ਹੱਥ ਆਉਂਦਾ ਤਾਂ ਦਿਲ ਦੀ ਜਿਹੜੀ ਧੜਕਣ ਆ ਦਿਲ ਦਾ ਜ਼ੋਰ ਲੱਗਦਾ ਫਿਰ ਉਹਨੂੰ ਧੜਕਾਉਣ ਵਾਸਤੇ ਮਤਲਬ ਜ਼ੋਰ ਵੱਧ ਲੱਗਣ ਲੱਗ ਜਾਂਦਾ ਜਦੋਂ ਵੱਧ ਜ਼ੋਰ ਲੱਗਦਾ ਤਾਂ ਉਹ ਦਿਮਾਗ ਨੂੰ ਸੁਨੇਹਾ ਭੇਜਦਾ ਵੀ ਮੈਂ ਬਹੁਤ ਔਖਾ ਹਾਂ ਮੇਰੇ ਤੇ ਕੋਈ ਵਜਨ ਪਿਆ ਹੈ ਇਹਨੂੰ ਠੱਕ ਜਦੋਂ ਵਾਕਿਆਕੋ ਹੈ ਤਾਂ ਸੁੱਤੇ ਪਿਆਂ ਦੀ ਕਿਰਿਆ ਚ ਹੁੰਦਾ ਸਾਰਾ ਕੁਝ ਪਰ ਉਹ ਅੰਦਰ ਚੱਲ ਰਿਹਾ ਸਾਡੇ ਜਦੋਂ ਦਿਮਾਗ ਨੂੰ ਸੁਨੇਹਾ ਗਿਆ ਤੇ ਦਿਮਾਗ ਨੇ ਕੀ ਕਰਨਾ ਫਿਰ ਇੱਕ ਫੁਰਨਾ ਪੈਦਾ ਕਰਨਾ ਦਿਮਾਗ ਦੇ ਵਿੱਚ ਡਰ ਵਾਲਾ ਜਾਂ ਕੋਈ ਭੈ ਵਾਲਾ ਜਾਂ ਕੋਈ ਹੋਰ ਪਹਿਲਾਂ ਤਾਂ ਉਹਨੇ ਹਟਾਉਣ ਦੀ ਕੋਸ਼ਿਸ਼ ਕਰਨੀ ਅਸੀਂ ਬਹੁਤ ਗੂੜੀ ਨੀਂਦ ਚ ਸੁੱਤੇ ਵੇ ਆ ਅਸੀਂ ਉੱਠੇ ਨਹੀਂ ਜਦੋਂ ਨਹੀਂ ਉੱਠੇ ਤਾਂ ਫਿਰ ਉਹ ਇੱਕ ਫੁਰਨਾ ਪੈਦਾ ਕਰਦਾ ਫਿਰ ਤੁਸੀਂ ਵੇਖ ਲਓ ਵੀ ਜਿਹੜਾ ਬੰਦਾ ਵੀ ਰਾਤ ਨੂੰ ਉੱਠ ਕੇ ਤੁਰਦਾ ਹੈ ਜਾਂ ਮਤਲਬ ਹੜਬੜਾ ਨੂੰ ਉੱਠਦਾ ਆਵਾਜ਼ਾਂ ਬੱਕਰੀ ਕਿਸਮ ਦੀਆਂ ਕੱਢਦਾ ਉਹਦਾ ਕਾਰਨ ਕੀ ਹੈ ਵੀ ਦਿਮਾਗ ਨੇ ਉਸ ਦਿਲ ਦੇ ਉੱਤੇ ਉਹਦਾ ਹੱਥ ਚਕਾਉਣਾ ਇੱਕ ਤੁਹਾਨੂੰ ਹੋਰ ਇਹਦੀ ਆਧਾਰਨ ਦੇ ਦਿਆ ਵੀ ਕਦੇ ਕੋਈ ਕੁੱਤਾ ਭੌਂਕਦਾ ਕਿਤੇ ਕੁੱਤਾ ਭੌਂਕਦਾ ਤੁਸੀਂ ਬਿੱਲੀ ਨੂੰ ਹੱਥ 'ਚ ਫੜ ਲਓ ਬਿੱਲੀ ਤੁਹਾਡੇ ਹੱਥ 'ਚ ਫੜੀ ਆ ਜਾਂ ਕੋਈ ਖਰਗੋਸ਼ ਆ ਜਾਂ ਜਿਹੜਾ ਕੁੱਤਾ ਆ ਜਿਹਦਾ ਸ਼ਿਕਾਰ ਕਰਦਾ ਜਾਨਵਰ ਦਾ ਉਹਨੂੰ ਤੁਹਾਡੇ ਹੱਥ 'ਚ ਫੜਿਆ ਹੋਇਆ ਉਹ ਹੱਥ 'ਚ ਫੜਿਆ ਉਹਦਾ ਦਿਲ ਬਿਲਕੁਲ ਸਹਿਜ ਨਾਲ ਧੜਕ ਰਿਹਾ ਜਦੋਂ ਉਹਨੂੰ ਕੁੱਤੇ ਦੀ ਆਵਾਜ਼ ਸੁਣ ਗਈ ਜਾਂ ਕਿਸੇ ਚੀਜ਼ ਦੀ ਆਵਾਜ਼ ਸੁਣ ਗਈ ਤਾਂ ਉਹਦਾ ਦਿਲ ਬਹੁਤ ਤੇਜ਼ੀ ਨਾਲ ਧੜਕਣ ਲੱਗ ਜਾਂਦਾ ਏ ਦਾ ਕਾਰਨ ਵੀ ਸਾਨੂੰ ਬਚਾਉਣਾ ਦਿਮਾਗ ਦਾ ਕਾਰਨ ਕੀ ਆ ਵੀ ਦਿਮਾਗ ਨੂੰ ਸਨੇਹਾ ਮਿਲ ਗਿਆ ਵੀ ਸਰੀਰ ਨੂੰ ਇੱਕਦਮ ਭੱਜਣਾ ਪੈ ਸਕਦਾ ਜਦੋਂ ਸਰੀਰ ਨੇ ਇੱਕਦਮ ਭੱਜਣਾ ਉਹਦੇ ਜਿਹੜਾ ਖੂਨ ਇੱਕ ਦਾਮ ਨੂੰ ਵੱਧ ਖੂਨ ਦੀ ਲੋੜ ਪੈਣੀ ਹੈ ਕਿਉਂਕਿ ਇੱਕ ਦਾਮੀਓ ਨੇ ਭੱਜਣਾ ਇੱਕ ਦਾਮੀ ਖੂਨ ਨੂੰ ਵੱਧ ਲੋੜ ਪੈਣੀ ਉਹ ਪਹਿਲਾਂ ਹੀ ਤਿਆਰੀ ਕਰਦਾ ਸਰੀਰ ਦੀ ਭੱਜਣ ਵਾਸਤੇ ਦਿਲ ਧੜਕਣ ਪਹਿਲਾਂ ਹੀ ਲਾਉਂਦਾ ਡਰ ਕਰਕੇ ਤਾਂ ਜੋ ਸਾਡਾ ਦਿਲ ਧੜਕਦਾ ਹੁੰਦਾ ਹੁੰਦੀ ਸਾਡੀ ਮਦਦ ਆ ਉਹਦੇ ਚ ਪਰ ਅਸੀਂ ਇਸ ਗੱਲਾਂ ਪਿੱਛੇ ਕਈ ਵਾਰੀ ਕੋਈ ਪਿਛੋਕਰ ਚ ਕੋਈ ਤਾਕਤ ਪਈ ਹੈ ਉਸ ਤਾਕਤ ਨੂੰ ਅਸਲ ਚ ਇਸ ਤਾਕਤ ਦੀ ਵੱਡੀ ਜਿਹੜੀ ਹੈਗੀ ਆ ਉਹ ਹੈਗਾ ਕਿਸੇ ਰੱਬ ਦੀ ਕਿਸੇ ਅਗੰਮੀ ਤਾਕਤ ਦੀ ਕਿਸੇ ਪਿਛਲੀ ਸ਼ਕਤੀ ਨੂੰ ਮੰਨਤਾ ਦੇਣਾ ਮੰਨਤਾ ਦੇ ਨਾਲ ਫਿਰ ਚੜੇਲਾ ਬਣ ਗਿਆਂ ਭੂਤਾਂ ਬਣ ਗਿਆਂ ਫਿਰ ਉਹ ਮਨ ਨੂੰ ਕਿਵੇਂ ਚੁੰਬੜਦੀਆਂ ਕਿਵੇਂ ਲੈਂਦੀਆਂ ਫਿਰ ਉਹ ਦੁਕਾਨਦਾਰਾਂ ਨੇ ਆਪ ਦੇ ਢੰਗ ਤਰੀਕੇ ਬਣਾ ਲਏ ਉਹ ਜਿਹੜੇ ਦੁਕਾਨਦਾਰ ਆ ਫਿਰ ਸਾਡੇ ਝੱਗੇ ਪਾੜ ਦਿੰਦੇ ਆ ਵੀ ਪਾਈ ਆਏ ਨਹੀਂ ਤਾਂ ਆਇਆ ਰਾਮਾ ਜੀ ਕਾ ਆਇਆ ਦੁਕਾਨਦਾਰ ਨੇ ਕਿ ਉਹਨਾਂ ਨੂੰ ਇਹ ਵਿਗਿਆਨ ਦਾ ਪਤਾ ਹੁੰਦਾ ਇਸ ਦਾ ਅਸਲ ਅਸਲ ਕੀ ਹੈ ਵੀ ਬਹੁਤੀਆਂ ਹਾਲਤਾਂ ਜਿਵੇਂ ਹੁਣ ਇੱਕ ਸਮੋਹਤ ਸਮੋਹਤ ਕਿਰਿਆ ਸਾਸੀ ਸਮੋਹਤ ਕਰਦੇ ਆ ਬੰਦੇ ਮੈਂ ਇੱਕ ਆਧਾਰਨ ਦੇਣਾ ਤੁਹਾਨੂੰ ਬਿ ਸਮੋਤ ਕਰਨ ਵੇਲੇ ਕਿਹੋ ਜੀ ਘਟਨਾਵਾਂ ਆਪਰਦੀ ਐ ਤੇ ਕੀ ਵਾਪਰਦੀ ਆ ਜੀ ਸਾਡੇ ਕੋਲ ਇੱਕ ਕੇਸ ਆਇਆ ਇੱਕ ਬੱਚਾ ਤੜਕੇ ਵੇਲੇ ਟਿਊਸ਼ਨ ਪੜਨ ਆਉਂਦਾ ਇੱਕ ਨਾਲ ਦੇ ਪਿੰਡ ਚ ਹੂੰ ਜਿਹੜੇ ਪਿੰਡ ਚੋਂ ਟਿਊਸ਼ਨ ਪੜਨ ਆਉਂਦਾ ਉਹਦੇ ਰਾਹ ਚ ਸਵੇ ਪੈਂਦੀ ਆ ਸੇਵਿਆਂ ਦੇ ਵਿੱਚ ਉਸ ਬੱਚੇ ਨੂੰ ਜਦੋਂ ਸਾਈਕਲ ਤੇ ਆਉਂਦਾ ਉਹਨੂੰ ਮਹਿਸੂਸ ਹੁੰਦਾ ਵੀ ਸੇਵਿਆਂ ਦੇ ਵਿੱਚੋਂ ਮੇਰੇ ਕੋਈ ਚੀਜ਼ ਮਗਰ ਬੈਠਦੀ ਹੈ ਕਿਉਂਕਿ ਸਾਡੇ ਦਿਮਾਗ 'ਚ ਸੁਣਿਆ ਸੁਣਾਇਆ ਬਹੁਤ ਸਾਰੀਆਂ ਗੱਲਾਂ ਪਈਆਂ ਹੈ। ਵੀ ਜਿਹੜਾ ਫਲਾਣਾ ਸੀ ਉੱਥੇ ਮਰਿਆ ਉਹ ਸੇਵਿਆਂ 'ਚ ਰਹਿੰਦਾ ਜਾਂ ਇਹਨਾਂ ਦੇ ਘਰੇ ਆਉਂਦਾ ਜਾਂ ਫਲਾਣੇ 'ਚ ਬੋਲਦਾ। ਉਹ ਸਾਡੇ ਪਏ ਆ ਮਨ 'ਚ। ਉਹ ਬੱਚਾ ਜਦੋਂ ਉੱਥੋਂ ਦੀ ਲੰਘਦਾ ਕੁਝ ਦਿਨ ਤਾਂ ਉਹ ਉਹ ਦਹਰਾਉਂਦਾ ਰਿਹਾ। ਦਹਰਾਉਣ ਤੋਂ ਬਾਅਦ ਉਹਨੂੰ ਇਹ ਮਹਿਸੂਸ ਹੋਣ ਲੱਗਾ ਕਿ ਮਗਰ ਉਹਦੇ ਪੱਕੀ ਗੱਲ ਆ ਉਹਦਾ ਕੋਈ ਦੋਸ਼ ਨਹੀਂ ਉਹਦੇ 'ਚ ਉਹਨੂੰ ਮਹਿਸੂਸ ਹੋ ਹੁੰਦਾ। ਬਈ ਮੇਰੇ ਸਾਈਕਲ ਦੇ ਮਗਰ ਕੋਈ ਬੈਂਦਾ ਉਹਨੂੰ ਮਹਿਸੂਸ ਹੁੰਦਾ ਕਿਉਂਕਿ ਦਿਮਾਗ ਦਾ ਇੱਕ ਹਿੱਸਾ ਹੈ ਜਿਹੜਾ ਉਹਨੂੰ ਮਹਿਸੂਸ ਕਰਵਾਉਂਦਾ ਜਦੋਂ ਉਹ ਮਹਿਸੂਸ ਹੁੰਦਾ ਜਦੋਂ ਉਹ ਇਧਰੋਂ ਟਿਊਸ਼ਨ ਲਾ ਕੇ ਵਾਪਸ ਜਾਂਦਾ ਉਦੋਂ ਉਹਨੂੰ ਐਂ ਲੱਗਦਾ ਵੀ ਮੇਰੇ ਸਾਈਕਲ ਤੋਂ ਉੱਤਰ ਗਿਆ ਦੋਨੇ ਕਿਰਿਆਵਾਂ ਉਹਦੇ ਨਾਲ ਵਾਪਰਦੀਆਂ ਬੈਣ ਵਾਲੀ ਵੀ ਵਾਪਰਦੀ ਆ ਬੈਣ ਤੋਂ ਬਾਅਦ ਭਾਰ ਲੱਗਣ ਵਾਲੀ ਵੀ ਵਾਪਰਦੀ ਆ ਮੁਰਕਾ ਆਉਣ ਵਾਲੀ ਵੀ ਵਾਪਰਦੀ ਆ ਤੇ ਵਾਪਸ ਮੁੜਦੇ ਦੇ ਉਤਰਨ ਵਾਲੀ ਵੀ ਉਹਦੇ ਨਾਲ ਵਾਪਰਦੀ ਆ ਸਾਰਾ ਕੁਝ ਉਹਦੇ ਨਾਲ ਵਾਪਰਦਾ ਤੇ ਉਹਨੂੰ ਲੱਗਦਾ ਵੀ ਮੇਰੇ ਨਾਲ ਵਾਪਰਦਾ ਉਹਨੂੰ ਫਿਰ ਤੁਸੀਂ ਜੇ ਕਹੋ ਨਾ ਵੀ ਉਹਨੇ ਨਹੀਂ ਮੰਨਣਾ ਕਿਉਂਕਿ ਉਹਦਾ ਤਾਂ ਵਾਪਰ ਹੀ ਜਾਂਦਾ ਉਹ ਇਹੀ ਮਰੀਜ਼ ਨਾਲ ਵਾਪਰਦਾ ਹੁੰਦਾ ਮਰੀਜ਼ ਨੂੰ ਐ ਲੱਗਦਾ ਵੀ ਮੇਰੇ ਨਾਲ ਸਾਰਾ ਕੁਝ ਵਾਪਰ ਹੀ ਜਾਂਦਾ ਯਾਰ ਇਹ ਮਾਸਟਰ ਹੈਗਾ ਇਹਨੇ ਰੁਪਏ ਲੈ ਲੈਂਦਾ ਹੱਥ ਨੂੰ ਤੈਨੂੰ ਕੀ ਪਤਾ ਇਹ ਤਾਂ ਐਵੇਂ ਗਏ ਜਾਂਦਾ ਮਤਲਬ ਅਸਲ ਚ ਕੀ ਆ ਉਹ ਤਾਂ ਹੁਣ ਵਹਿਵੇਂ ਕਿਵੇਂ ਕੱਢਿਆ ਜਾਊ ਉਹ ਪਿਆ ਕਿੱਥੇ ਆ ਉਹ ਦਿਮਾਗ ਚ ਪਿਆ ਦਿਮਾਗ ਚ ਕੱਢਣ ਵਾਸਤੇ ਸਾਡੇ ਕੋਲ ਇੱਕ ਸਮੋਹਣ ਕਿਰਿਆ ਹੈ ਅਸੀਂ ਸਮੋਥ ਕਰਦੇ ਹਾਂ ਹੁਣ ਉਹ ਬੱਚੇ ਨੂੰ ਮੈਂ ਸਮੋਥ ਕੀਤਾ ਜੀ ਉਹਨੂੰ ਸਮੋਥ ਕਰਕੇ ਮੈਂ ਉਹਨੂੰ ਦੱਸਿਆ ਮੈਂ ਕਿ ਵੀ ਤੂੰ ਸਾਈਕਲ ਚੱਕ ਲੈ ਕਰ ਸਮੋਥ ਕੀ ਆ ਵੀ ਜਿਵੇਂ ਤੁਸੀਂ ਬੈਠੇ ਆ ਕੋਈ ਸਿੱਕਾ ਦਿਖਾ ਕੇ ਜਾਂ ਕੋ ਪੈਨ ਦਿਖਾ ਕੇ ਜਾਂ ਕੋ ਚਮਕਦੀ ਚੀਜ਼ ਦਿਖਾ ਕੇ ਆਏ ਬੈਠੇ ਬੰਦੇ ਨੂੰ ਸਮੋਥ ਕਰਕੇ ਉਹਦੇ ਉਸ ਦਿਮਾਗ ਦੇ ਵਿੱਚ ਚਲੇ ਜਾਣਾ ਜਿੱਥੇ ਉਹ ਪਿਆ ਹੂੰ ਇਹ ਸਰੀਰ ਨੇ ਜਿਹੜਾ ਹੁਣ ਵਾਪਰੀ ਜਾਂਦਾ ਜਿਵੇਂ ਮੈਂ ਉਹ ਕਹ ਅਸੀਂ ਵੀ ਉਹਨੇ ਫੁਰਨਾ ਪੈਦਾ ਕਰਤਾ ਤੇ ਉਹਨੇ ਦਿਖਾਤਾ ਵੀ ਹੋ ਪਿਆ ਭਾਈ ਨਲਕਾ ਉੱਥੇ ਤੈਨੂੰ ਜਾਣਾ ਪਊਗਾ ਉਹੀ ਫੁਰਨਾ ਇਹਦੇ ਚ ਪੈਦਾ ਹੁੰਦਾ ਮਤਲਬ ਉਹਨੂੰ ਅਸੀਂ ਦਿਖਾਇਆ ਵੀ ਤੂੰ ਤਿਆਰ ਹੋ ਜਾ ਤੇ ਉਹ ਸਾਨੂੰ ਤਿਆਰ ਹੋ ਗਿਆ ਉਹਨੂੰ ਕਿਹਾ ਵੀ ਸਾਈਕਲ ਚੱਕ ਲੈ ਉਹਨੇ ਸਾਈਕਲ ਦਿਮਾਗ ਚ ਹੋਈ ਜਾਂਦਾ ਸਾਰਾ ਕੁਝ ਜਿਵੇਂ ਮੈਂ ਕਹੀ ਜਾਂਦਾ ਜਿਵੇਂ ਹਜ਼ਰਤ ਕੱਢਣ ਵਾਲੇ ਕਰਦੇ ਆ ਉਹਨੇ ਸਾਈਕਲ ਚੱਕ ਲਿਆ ਸਾਈਕਲ ਚੱਕ ਕੇ ਉਹ ਤੁਰ ਪਿਆ ਜਦੋਂ ਉਹ ਸਿਵਿਆਂ ਕੋਲੇ ਆ ਗਿਆ ਉਹਨੂੰ ਕਹਿ ਦੇਣਾ ਵੀ ਸਾਈਕਲ ਭਾਈ ਰੋਕ ਲੈ ਤੇ ਕੰਧ ਨਾ ਲਾ ਦੇ ਉਹਲੇ ਸਾਈਕਲ ਉਹ ਕਾਂਦ ਨਾਲ ਲਾਤਾ ਜਦੋਂ ਕਾਂਦ ਨਾਲ ਸਾਈਕਲ ਲਾਤਾ ਤੇ ਉਹਨੂੰ ਕਹੇਤਾ ਵੀ ਹੁਣ ਤੂੰ ਸਿਵਿਆਂ ਚ ਚੱਲ ਅੰਦਰ ਲੈ ਜਾਣਾ ਵੀ ਜਿਹੜੀ ਚੀਜ਼ ਤੈਨੂੰ ਤੱਕ ਰੋਜ਼ ਮਿਲਦੀ ਆ ਨਾ ਤੇਰੇ ਬੈੰਦੀ ਉਹ ਖੜੀ ਆ ਸਾਹਮਣੇ ਕਾਲੀ ਚੀਜ਼ ਉਹ ਉਹ ਦਿਖਾਤੀ ਵੀ ਉਹ ਸਾਹਮਣੇ ਕਾਲੀ ਚੀਜ਼ ਖੜੀ ਆ ਉਹਨੂੰ ਕਹਣਾ ਵੀ ਉੱਥੇ ਕਹੀ ਪਈ ਸੀ ਵੇਚ ਚੱਕ ਲੈ ਉਹਨੇ ਦਿਮਾਗ ਚ ਉਹਨੇ ਕਹੀ ਚੱਕ ਲੈਣੀ ਉਹਨੂੰ ਕਹਣਾ ਵੀ ਇੱਕ ਟੋਆ ਫੱਟ ਲੈ ਉਹਨੇ ਟੋਆ ਫੱਟ ਲਿਆ ਟੋਆ ਫੱਟ ਕੇ ਉਹਨੂੰ ਕਹਣਾ ਵੀ ਕਾਲੀ ਚੀਜ਼ ਨੂੰ ਬੈਸ ਛੱਡ ਦੇ ਛੱਡਤੀ ਉੱਤੇ ਪਾ ਦੇ ਮਿੱਟੀ ਉਹਨੂੰ ਕਹਣਾ ਵੀ ਅੱਜ ਤੋਂ ਬਾਅਦ ਤੇਰੇ ਮਗਰ ਨਹੀਂ ਪੈਂਦੀ ਇਹ ਆਪ ਪਾ ਕੰਮ ਥੋੜਾ ਹੀ ਆ ਜੇ ਇਹੇ ਕੰਮ ਸਾਧਾ ਨੂੰ ਆਉਂਦਾ ਤਾਂ ਕਲਾਜ ਤਾਂ ਉਹ ਵੀ ਕਰ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਪਰ ਥੋੜੇ ਇਸ ਇਲਾਜ ਪਿੱਛੇ ਉਹਨਾਂ ਨੇ ਥੋੜੀ ਬਹੁਤ ਵੱਡੀ ਲੁੱਟ ਕਰ ਲਈ ਤੇ ਸੁਸਾਇਟੀ ਦਾ ਇਹ ਆ ਵੀ ਇਹ ਪੈਸਾ ਕੋਈ ਨਹੀਂ ਲੈਂਦੀ ਇਹ ਮੁਫਤ ਇਲਾਜ ਕਰਦੀ ਆ ਕਈ ਇਹੋ ਜਿਹੇ ਟੰਗ ਤਰੀਕੇ ਸਾਧਾ ਨੂੰ ਵੀ ਆਉਂਦੇ ਆ ਇਸੇ ਕਰਕੇ ਉਹਨਾਂ ਦਾ ਕਈ ਵੀ ਰਿਸੀਂ ਯਕੀਨ ਕਰ ਜਾਂਦੇ ਆ ਅੱਛਾ ਦੂਜੀ ਗੱਲ ਆਉਂਦੀ ਆ ਰੱਬ ਦੀ ਜਿਹੜੇ ਆਮ ਦਰਸ਼ਕ ਨੇ ਉਹ ਸੁਣੇ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਜਿਸ ਤਰ੍ਹਾਂ ਦੀ ਗੱਲਾਂ ਉਹਨਾਂ ਦੇ ਕੋਲੇ ਪਹੁੰਚਦੀ ਨੇ ਸਾਡਾ ਕੀ ਨਜ਼ਰੀਆ ਰੱਬ ਦੇ ਬਾਰੇ ਅਸਲ 'ਚ ਨਾ ਦੁਨੀਆ ਨੂੰ ਸਮਝਣ ਦੇ ਇਹ ਸਾਰੇ ਆਪਾਂ ਸ੍ਰਸ਼ਟੀ ਕਹਿ ਸਕਦੇ ਆ ਇਹਨੂੰ ਆਪਾਂ ਕਾਇਨਾਤ ਕਹਿ ਸਕਦੇ ਆ ਇਹਨੂੰ ਆਪਾਂ ਕੁਦਰਤੀ ਵਰਤਾਰਾ ਜਿਹੜਾ ਆਪਰ ਦਾ ਸਾਰਾ ਇਹਨੂੰ ਜਿਹੜਾ ਜੀਵ ਵਿਕਾਸ ਆ ਜਾਂ ਦਰਖਤ ਤਾਂ ਜਾਂ ਸਾਰਾ ਕੁਝ ਇਹਨੂੰ ਦੁਨੀਆ ਨੂੰ ਸਮਝਣ ਦੇ ਦੋ ਹੀ ਫਲਸਫੇ ਆ ਹੁਣ ਤੱਕ ਦੁਨੀਆ ਤੇ ਇੱਕ ਹੈ ਅਧਿਆਤਮਵਾਦੀ ਫਲਸਫਾ ਅਧਿਆਤਮਵਾਦੀ ਫਲਸਫਾ ਆਪਾਂ ਕਹਿੰਦੇ ਆ ਵੀ ਜਿਵੇਂ ਹਿੰਦੂ ਧਰਮ ਆ ਉਹਦੇ ਚ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਦਾ ਇਹਨਾਂ ਨੇ ਕਨਸੈਪਟ ਦਿੱਤਾ ਵੇ ਬ੍ਰਹਮਾ ਜਿਹੜਾ ਪੈਦਾ ਕਰਨ ਵਾਲਾ ਉਹ ਵਿਸ਼ਨੂੰ ਆ ਜਿਹੜਾ ਓਪਾਲਣ ਵਾਲਾ ਤੇ ਜਿਹੜਾ ਮਹੇਸ਼ ਆ ਉਹ ਮਾਰਨ ਵਾਲਾ ਮਤਲਬ ਤਿੰਨ ਵਿਭਾਗ ਵੰਡ ਤੇ ਜਿਵੇਂ ਆਪਣੇ ਸਰਕਾਰ ਦੇ ਵਿਭਾਗ ਵੰਡੇ ਹੁੰਦੇ ਆ ਤੇ ਇਸੇ ਤਰ੍ਹਾਂ ਜਿਹੜਾ ਮੁਸਲਮਾਨ ਧਰਮ ਮੰਨਦੇ ਆ ਉਹ 7 ਦਿਨ ਚ ਕਹਿੰਦੇ ਧਰਤੀ ਬਣਾਈ ਜਿਹੜੇ ਸਾਈ ਆ ਉਹ ਕਹਿੰਦੇ 6 ਦਿਨ ਚ ਬਣਾਈ 7ਵੇਂ ਦਿਨ ਰੱਬ ਨੇ ਆਰਾਮ ਕੀਤਾ ਇਹ ਤਾਂ ਉਹਨਾਂ ਦੇ ਫਲਸਫੇ ਆ ਪਰ ਇਹ ਸਾਰੇ ਫਲਸਫੇ ਆ ਜਿਹੜੇ ਖੇਤਰੀ ਫਲਸਫੇ ਆ ਮੈਂ ਉਹ ਦੂਜੇ ਫਲਸਫੇ ਦੀ ਵੀ ਗੱਲ ਕਰਦਾ ਪਰ ਇਹਨਾਂ ਫਲਸਫਿਆਂ ਦੀ ਆਪਾਂ ਗੱਲ ਕਰ ਲਈਏ ਖੇਤਰੀ ਫਲਸਫਾ ਕੀ ਹੁੰਦਾ ਵੀ ਜਿਹੜਾ ਆਪਾਂ ਹੁਣ ਬਰਨਾਲੇ 'ਚ ਬੈਠੇ ਆ ਜੀ ਕੋਈ ਬਰਨਾਲੇ ਦਾ ਬਾਬਾ ਇੱਥੇ ਹਮ ਜਿਹੜਾ 5 7 10 ਪਿੰਡਾਂ ਤੱਕ ਪਹੁੰਚ ਆਲਾ ਬਾਬਾ ਉਹਦੇ ਕੋਲੇ ਦਸਾਂ ਪਿੰਡਾਂ ਤੱਕ ਤਾਂ ਪਤਾ ਹੈ ਵੀ ਉਹ ਬਾਬਾ ਉੱਥੇ ਹੈਗਾ ਹਮ ਉਦੋਂ ਬਾਹਰ ਵਾਲਿਆਂ ਨੂੰ ਨਹੀਂ ਪਤਾ ਵੀ ਇੱਥੇ ਉਹ ਬਾਬਾ ਹੈਗਾ ਇਸੇ ਤਰ੍ਹਾਂ ਇਹ ਫਲਸਫਾ ਜਿਹੜਾ ਅਸਾਈਆਂ ਤੱਕ ਅਸਾਈਆਂ ਵਾਲਿਆਂ ਨੂੰ ਪਤਾ ਮੁਸਲਮਾਨਾਂ ਤੱਕ ਮੁਸਲਮਾਨਾਂ ਵਾਲਿਆਂ ਨੂੰ ਪਤਾ ਹਿੰਦੂਆਂ ਨੂੰ ਪਤਾ ਹਿੰਦੂਆਂ ਵਾਲਿਆਂ ਤੱਕ ਤੇ ਸਿੱਖਾਂ ਨੂੰ ਪਤਾ ਸਿੱਖਾਂ ਵਾਲਿਆਂ ਤੱਕ ਜੇ ਆਪਾਂ ਇਹਦੀ ਟੋਟਲ ਗਿਣਤੀ ਕਰੀਏ ਤਾਂ ਇਸ ਵੇਲੇ ਦੁਨੀਆ ਦੇ ਵਿੱਚ 33% ਅਸਾਈ ਹੈ ਸਭ ਤੋਂ ਵੱਧ ਹੈ 21% ਮੁਸਲਮਾਨ ਹੈ ਤੇ 16% ਨਾਨ ਰਿਲੀਜੀਅਸ ਰੱਬ ਨੂੰ ਨਾ ਮੰਨਣ ਵਾਲੇ ਤੇ 14% ਹਿੰਦੂ ਤੇ 0.36% ਸਿੱਖਾ ਮਤਲ ਹਜ਼ਾਰ ਮਗਰ 3 ਕਹਿ ਸਕਦੇ ਆਪਾਂ ਮਤਲ ਇਹਨਾਂ ਦਾ ਹੁਣ ਜਿਵੇਂ ਸਿੱਖਾਂ ਦਾ ਫਲਸਫਾ ਜਿਹੜਾ ਸਿੱਖਾਂ ਦਾ ਫਲਸਫਾ ਇੱਕ ਵਿਚਾਰ ਤਾਰਕ ਉਹ ਵਿਚਾਰ ਤਾਰਾ ਜਿਹੜੀ ਬਾਬੇ ਨਾਨਕ ਤੋਂ ਲੈ ਕੇ 1469 ਤੋਂ 1708 ਈਸਵੀ ਤੱਕ ਦਾ ਆਪਾਂ ਉਹ ਸਾਰਾ ਜਿਹੜਾ ਉਹਨਾਂ ਦਾ ਲੜਿਆ ਵਾ ਸੰਘਰਸ਼ ਉਹ ਫਲਸਫਾ ਅਨਕਲਾਬੀ ਹੈ ਮਨੁੱਖਤਾ ਪੱਖੀ ਹੈ ਪਰ ਉਹ ਵੀ ਰੱਬ ਦੀ ਕਿਤੇ ਨਾ ਕਿਤੇ ਗੱਲ ਕਰਦਾ ਵੀ ਪਛੋਕਰ ਚ ਕੋਈ ਰੱਬ ਹੈਗਾ ਉਦੀ ਗੱਲ ਕਰਦਾ ਉਹ ਕਿਉਂਕਿ ਵਿਚਾਰਵਾਦੀ ਫਲਸਫਾ ਹੈ ਉਹਨੂੰ ਆਪਾਂ ਵਿਚਾਰਵਾਦੀ ਫਲਸਫਾ ਕਹਿੰਦੇ ਇੱਕ ਫਲਸਫਾ ਹੈ ਪਦਾਰਥਵਾਦੀ ਹੁਣ ਪਦਾਰਥਵਾਦੀ ਤੇ ਵਿਚਾਰਵਾਦੀ ਫਲਸਫੇ ਦਾ ਅਸਲ ਰੌਲਾ ਕਿੱਥੇ ਹੈ ਜੇ ਉਹਨੂੰ ਸਮਝਣਾ ਹੋਵੇ ਤਾਂ ਬੜਾ ਸੌਖਾ ਹੈ ਪਦਾਰਥਵਾਦੀ ਫਲਸਫਾ ਕਹਿੰਦਾ ਬਈ ਜਿਹੜੀ ਸੋਚ ਹੈ ਇਹ ਪੈਦਾ ਉਦੋਂ ਹੁੰਦੀ ਹੈ ਜਦੋਂ ਦਿਮਾਗ ਬਣਦਾ ਪਹਿਲਾਂ ਸਰੀਰ ਬਣਦਾ ਬੰਦੇ ਦਾ ਸਰੀਰ ਦੇ ਵਿੱਚ ਦਿਮਾਗ ਬਣਿਆ ਦਿਮਾਗ ਦੇ ਵਿੱਚ ਸੋਚ ਫੇਰ ਹੀ ਸੋਚਿਆ ਜਾ ਸਕਦਾ ਉਹਨਾਂ ਚਿਰ ਸੋਚਿਆ ਨਹੀਂ ਜਾ ਸਕਦਾ ਜਿਸੜਾ ਦਿਮਾਗ ਹੈ ਨਹੀਂ ਜੀ ਪਰ ਜਿਹੜਾ ਇਹ ਵਿਚਾਰਵਾਦੀ ਫਲਸਫਾ ਇਹ ਕਹਿੰਦੇ ਵਿਚਾਰ ਪਹਿਲਾਂ ਹਮ ਬਈ ਰੱਬ ਨੇ ਸੋਚ ਲਿਆ ਮੈਂ ਇਹ ਜੀ ਚੀਜ਼ ਬਣਾਉਣੀ ਸੋਚਿਆ ਕਿੱਥੇ ਜੇ ਉਹਦੇ ਦਿਮਾਗ ਸੀਗਾ ਫੇਰ ਹੀ ਸੋਚਿਆ ਨਾ ਉਹ ਕਹਿੰਦੇ ਦਿਮਾਗ ਪਹਿਲਾਂ ਬਣਦਾ ਸੋਚ ਇਹਤਨਾ ਬਾਅਦ ਚ ਇਹ ਕਹਿੰਦੇ ਚੇਤਨਾ ਪਹਿਲਾਂ ਤੇ ਦਿਮਾਗ ਬਾਅਦ ਆਹ ਵੱਡਾ ਕਲੇਸ਼ ਆ ਜਿਹੜਾ ਹੁਣ ਤੱਕ ਹੱਲ ਨਹੀਂ ਹੋਇਆ ਹੁਣ ਇਹਦੇ ਚ ਆਪਾਂ ਜੇ ਆਪਾਂ ਦੇਖੀ ਵੀ ਇਹਦੇ ਚ ਰੋਲ ਮਾਡਲ ਸਾਡਾ ਕੌਣ ਹੈ ਹਮ ਪਰ ਉਹ ਮਾਟਲਾ ਸਾਡੇ ਬਾਬੇ ਹੂੰ ਬਿਲਕੁਲ ਸਾਰੇ ਬਾਬੇ ਸਾਨੂੰ ਇਹ ਗੱਲ ਕਹਿੰਦੇ ਆ ਵੀ ਕੋਈ ਸ਼ਕਤੀ ਹੈ ਪਿੱਛੇ ਹੂੰ ਉਸ ਸ਼ਕਤੀ ਨੇ ਜਿੰਨੇ ਭੀਖੀ ਆਲਾ ਤੇਰੇ ਸਾਹ ਲਿਖਤੇ ਜਿੰਨੇ ਸਰਜੀਤ ਦੌਦਰ ਦੇ ਸਾਹ ਲਿਖਤੇ ਉਹ ਲਿਖੇ ਹੋਏ ਆ ਉਹਨੇ ਹੀ ਤੂੰ ਲੈ ਸਕਦਾ ਉਸ ਤੋਂ ਬਾਅਦ ਇੱਕ ਸਾਹ ਨਾ ਘਟ ਸਕਦਾ ਤੇ ਨਾ ਵਾਧ ਸਕਦਾ ਹੂੰ ਪਰ ਜਿਹੜੇ ਉਹੀ ਬਾਬੇ ਜਿਹੜੇ ਸਾਨੂੰ ਇਹ ਸਿੱਖਿਆ ਦਿੰਦੇ ਆ ਸਾਰਿਆਂ ਦੇ ਦੁਆਲੇ ਪੰਜ ਸੱਤ ਰਫਲਾਂ ਵਾਲੇ ਬੈਠੇ ਹੁੰਦੇ ਆ ਹੂੰ ਫਸੇ ਕਦੇ ਨੇ ਉਹਨਾਂ ਨੂੰ ਪੁੱਛਿਆ ਵੀ ਥੋੜੇ ਫਿਰ ਸਾਹਾਂ ਦਾ ਕੀ ਖਤਰਾ ਇੱਕ ਵੀ ਬਾਬਾ ਇਹੋ ਜਿਹਾ ਮੈਨੂੰ ਵਿਖਾ ਦਿਓ ਜਿਹੜਾ ਜਦੋਂ ਅਸੀਂ ਕੋਈ ਕਿਸੇ ਕਿਸੇ ਦੀ ਮੌਤ ਹੁੰਦੀ ਹੈ ਉਦੋਂ ਵੀ ਉਹ ਫਿਰ ਜਿਉਂ ਲੱਗਦੇ ਡਰਾਉਣ ਬਈ ਤੈਨੂੰ ਉੱਥੇ ਭੂਤ ਤੈਨੂੰ ਖਿੱਚੀ ਫਿਰਨਗੇ ਤੈਨੂੰ ਜਾਮ ਲੈ ਜਾਣਗੇ ਤੈਨੂੰ ਨਰਕਾਂ ਚ ਸੁੱਟਣਗੇ ਤੈਨੂੰ ਸੁਰਗਾਂ ਚ ਸੁੱਟਣਗੇ ਤੈਨੂੰ ਗਦਾ ਬਣਾਣਾ ਪੁੱਤਨ ਘੋੜਾ ਬਣਾਣਾ ਪੁੱਤਨ ਕੁੱਤਾ ਬਣਾਣਾ ਪਊ ਮਤਲਬ ਇੰਨਾ ਡਰਾਉਂਦੇ ਆ ਡਰਾ ਕੇ ਤੇ ਲਾਲਚ ਦੇ ਨਾਲ ਉਹਦੀ ਜੇਬ ਚ ਹੱਥ ਪਾਇਆ ਜਾ ਸਕਦਾ ਜਾਂ ਤਾਂ ਡਰਾ ਕੇ ਲੁੱਟਿਆ ਜਾ ਸਕਦਾ ਬੰਦਾ ਜਾਂ ਲਾਲਚ ਨਾਲ ਲੁੱਟਿਆ ਜਾ ਸਕਦਾ ਲਾਲਚ ਉਹਨੂੰ ਦਿੰਦਿਆ ਸੁਰਗ ਦਾ ਵੀ ਜੇ ਤੂੰ ਆਹ ਕੰਮ ਕਰੇਗਾ ਸਾਡੀ ਸੇਵਾ ਕਰੇਗਾ ਸਾਨੂੰ ਰੋਟੀਆਂ ਖਵਾਏਗਾ ਸਾਡਾ ਸਾਰਾ ਕੁਝ ਕਰੇਗਾ ਤਾਂ ਭਾਈ ਤੈਨੂੰ ਸੁਰਗ ਤਿਆਰ ਆ ਤੇਰੇ ਵਾਸਤੇ ਲਾਲਚ ਸੁਰਗ ਦਾ ਦਿੱਤਾ ਡਰਾ ਉਹਨੂੰ ਨਰਕਾਂ ਤੋਂ ਦਿੱਤਾ ਵੀ ਜੇ ਤੂੰ ਸਾਡੀ ਸੇਵਾ ਨਾ ਕੀਤੀ ਤੇ ਸਾਡੇ ਅੱਖੇ ਨਾ ਲੱਗਿਆ ਤੇ ਤੂੰ ਨਰਕ ਚ ਜਾਏਗਾ ਹੁਣ ਇਸ ਫਲਸਫੇ ਦਾ ਨੁਕਸਾਨ ਕੀ ਹੁੰਦਾ ਇਹਦਾ ਨੁਕਸਾਨ ਅਸਲ ਚ ਇਹ ਹੈ ਵੀ ਸਾਡੀ ਜਿਵੇਂ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਪੜਨ ਵਾਲਾ ਬੱਚਾ ਹੈ ਉਹਨੂੰ ਉਹਨਾਂ ਨੇ ਕਹਿਤਾ ਵੀ ਤੈਨੂੰ ਭਾਈ ਤੇ ਤਾਂ ਪਿੱਛੋ ਲਿਖਿਆ ਸਾਰਾ ਕੁਝ ਜਿਹੜਾ ਹੋਈ ਜਾਂਦਾ ਉਹਨੇ ਆਪਦੀ ਪੜ੍ਹਾਈ ਕਰ ਲਈ ਪੜ੍ਹਾਈ ਕਰਕੇ ਉਹਨੇ ਕੋਰਸ ਕਰ ਲਿਆ ਕੋਰਸ ਕਰਕੇ ਉਹਨੇ ਨੌਕਰੀ ਮੰਗਣੀ ਆ ਹੁਣ ਜਿੱਥੋਂ ਨੌਕਰੀ ਮੰਗਣੀ ਆ ਇਹ ਫਲਸਫਾ ਜਿਹੜਾ ਉਹਦੇ ਹੱਥ ਵੱਡ ਦਿੰਦਾ ਉਹਨੂੰ ਨੌਕਰੀ ਮੰਗਣ ਵੇਲੇ ਸੰਘਰਸ਼ ਦੇ ਰਾਹ ਨਹੀਂ ਪੈਣ ਦਿੰਦਾ ਉਹਦਾ ਸੰਘਰਸ਼ ਦਾ ਰਾਹ ਤਾਂ ਉਹਨਾਂ ਨੇ ਖਤਮ ਕਰਤਾ ਉਹਨੂੰ ਕਹਤਾ ਵੀ ਤੇਰਾ ਪਿੱਛੇ ਲਿਖੀ ਆ ਕਰਮ ਅਜ ਤਾਂ ਮਿਲ ਜੂਗੀ ਨਹੀਂ ਨਹੀਂ ਮਿਲਣੀ ਹੁਣ ਜਿਹੜੇ ਵਿਕਸਿਤ ਲੋਕ ਆ ਵਿਕਸਿਤ ਦੇਸ਼ ਆ ਉੱਥੇ ਹੁਣ ਅਸੀਂ ਕੈਨੇਡਾ ਅੰਗਲੈਂਡ ਨੂੰ ਕਿਉਂ ਭਜਦੇ ਆ ਕੈਨੇਡਾ ਅੰਗਲੈਂਡ ਨੂੰ ਸਾਡੇ ਬੱਚੇ ਭਜਦੇ ਆ ਸਾਰੇ ਕਿਉਂ ਭਜਦੇ ਇਸੇ ਵਜ੍ਹਾ ਕਰਕੇ ਭਜਦੇ ਆ ਨਾ ਵੀ ਉੱਥੇ ਜਾ ਕੇ ਸਾਨੂੰ ਪਤਾ ਵੀ ਸਾਨੂੰ ਸਾਡੀ ਜਿਹੜੀ ਪੜ੍ਹਾਈ ਆ ਦੇ ਬਰਾਬਰ ਦਾ ਮੁੱਲ ਦਾ ਕੁਛ ਨਾ ਕੁਛ ਨੌਕਰੀ ਮਿਲ ਜੂਗੀ ਅਸੀਂ ਰੋਟੀ ਉੱਥੇ ਖਾ ਲਾਂਗੇ ਜਾ ਕੇ ਇਹਦਾ ਮਤਲਬ ਆ ਵੀ ਇੱਥੇ ਉਹ ਵਿਤਕਰਾ ਕਰੀ ਜਾਂਦਾ ਜਿੱਥੇ 33 ਕਰੋੜ ਦੇਵਤਾ ਪੈਦਾ ਹੋਇਆ ਜਿੱਥੇ 7 ਧਰਮ ਪੈਦਾ ਹੋਏ ਆ ਜਿਹਦੇ ਚ 4 ਧਰਮ ਤਾਂ ਨਾਸਤਿਕ ਹੀ ਸੀ ਸੱਤ ਧਰਮ ਭਾਰਤ ਦੇ ਵਿੱਚ ਪੈਦਾ ਹੋਏ ਜਿੱਥੇ ਸਾਰਿਆਂ ਨਾਲੋਂ ਵੱਧ ਪادات ਧਰਮਾਂ ਦੀ ਹੋਈ ਹੈ ਉਥੇ ਉਥੇ ਅਸੀਂ 102 ਨੰਬਰ ਤੇ ਬੈਠੇ ਆਂ ਭੁੱਖ ਦੇ ਮਾਮਲੇ 'ਚ ਭੁੱਖਾਲਾ ਜਿਹੜਾ ਹੰਗਰ ਰਿਪੋਰਟ ਪਿੱਛੇ ਆਈ ਹੈ ਉਹਦੇ 'ਚ 117 ਮੁਲਕਾਂ ਦੇ ਵਿੱਚ 102 ਨੰਬਰ ਤੇ ਬੈਠੇ ਆਂ ਅਸੀਂ ਮਤਲਬ ਸਾਡੇ ਨਾਲੋਂ 101 ਮੁਲਕ ਹੈ ਜਿਹੜਾ ਅੱਜ ਕੇ ਰੋਟੀ ਖਾਂਦਾ ਸਾਡੇ ਨਾਲੋਂ ਵੱਧ ਖਾਂਦਾ ਤੇ 102 ਨੰਬਰ ਤੇ ਅਸੀਂ ਬੈਠੇ ਮਤਲਬ ਇਹਦਾ ਕੀ ਹੈ ਵੀ ਹਾਲੇ ਤੱਕ ਸਾਨੂੰ ਕਿਸੇ ਦੇਵਤੇ ਨੇ ਕਿਸੇ ਭਗਵਾਨ ਨੇ ਕਿਸੇ ਨੇ ਸਾਨੂੰ ਰੋਟੀ ਜੋਗਾ ਵੀ ਨਹੀਂ ਕੀਤਾ ਜੇ ਰੋਟੀ ਜੋਗਾ ਹੋਣਾ ਤਾਂ ਸਾਨੂੰ ਲਾਜ਼ਮੀ ਆ ਵੀ ਸੰਘਰਸ਼ ਦੇ ਰਾਹ ਪੈਣਾ ਪਊਗਾ ਹੁਣ ਜਿਹੜਾ ਇਹ ਫਲਸਫਾ ਗੱਲ ਕਰਦਾ ਆਪਾਂ ਜਿਵੇਂ ਕਹਿੰਦੇ ਆ ਵੀ ਗੁਰਬਾਣੀ ਦੀ ਗੱਲ ਆਪਾਂ ਕਰਦੇ ਆ ਇਹਦੇ 'ਚ ਹੁਣ ਉਹ ਕਦੇ ਨਹੀਂ ਸੁਣਾਉਂਦੇ ਇਹਦੇ 'ਚ ਪਦਾਰਥਵਾਦ ਦੀ ਗੱਲ ਕੀਤੀ ਹੈ ਗੁਰੂ ਅਰਜਨ ਦੇਵ ਨੇ 886 ਪੰਨੇ ਤੇ ਉਹ ਮਤਲਬ ਉਹਦੀ ਗੱਲ ਹੀ ਨਹੀਂ ਕਰਦੇ ਉਹਦੇ 'ਚ ਹੁਣ ਕੀ ਕਿਹਾ ਉਹਨਾਂ ਨੇ ਪਵਨੇ ਮੇ ਪਵਨ ਸਮਾਇਆ ਜੋਤੀ ਮੇ ਜੋਤ ਰਲ ਗਿਆ ਮਾਟੀ ਮਾਟੀ ਹੋਈ ਇੱਕ ਰੋਵਨ ਹਾਰੇ ਕੀ ਕਵਨ ਟੇਕ ਮਤਲਬ ਆਂਦੇ ਤੈਨੂੰ ਰੋਣ ਦੀ ਲੋੜ ਆ ਪਾਣੀ ਪਾਣੀ ਚ ਰਲ ਗਿਆ ਮਿੱਟੀ ਮਿੱਟੀ ਚ ਰਲ ਗਿਆ ਜਿੱਥੋਂ ਆਇਆ ਸੀ ਪਦਾਰਥ ਚੋਂ ਬੰਦਾ ਪਦਾਰਥ ਚ ਚੱਲਿਆ ਗਿਆ ਉਹ ਹੁਣ ਉਹ ਕਦੇ ਵੀ ਗੱਲ ਉੱਥੇ ਉਹ ਗਿਆਨੀ ਨਹੀਂ ਕਰਦਾ ਉਹ ਗਿਆਨੀ ਡਰਾਉਣ ਵਾਲੀਆਂ ਧਮਕਾਉਣ ਵਾਲੀਆਂ ਦੂਜੀਆਂ ਸਾਰੀਆਂ ਗੱਲਾਂ ਕਰ ਦੇਣਗੇ ਉਸ ਫਲਸਫੇ ਦੀ ਉਹ ਗੱਲ ਹੀ ਨਹੀਂ ਕਰਦਾ ਜਿਹੜਾ ਫਲਸਫਾ ਇਹ ਕਹਿੰਦਾ ਭਾਈ ਤੂੰ ਪਦਾਰਥ ਚੋਂ ਆਇਆ ਸੀ ਤੇ ਪਦਾਰਥ ਚ ਹੀ ਰਲ ਜਾਣਾ ਹੁਣ ਆਪਾਂ ਉਹਨੇ ਪਦਾਰਥਵਾਦੀ ਫਲਸਫੇ ਤੇ ਪਦਾਰਥਵਾਦੀ ਫਲਸਫਾ ਇਹ ਸਾਰੇ ਕਾਸੇ ਨੂੰ ਰੱਦ ਕੇ ਪਦਾਰਥ ਦੇ ਵਿੱਚੋਂ ਵਿਚਾਰਾਂ ਨੂੰ ਪੈਦਾ ਕਰਦਾ ਵੀ ਪਦਾਰਥ ਦੇ ਵਿੱਚੋਂ ਵਿਚਾਰ ਪੈਦਾ ਹੁੰਦੇ ਆ ਬਾਹਰੋਂ ਨਹੀਂ ਕਿਤੇ ਹੁਣ ਇਹਦੀ ਮੈਂ ਇੱਕ ਬੜੀ ਸੌਖੀ ਧਾਰਨਾ ਤੁਹਾਨੂੰ ਦੇ ਸਕਦਾ ਵੀ ਸਾਡੇ ਕੋਲੇ ਕਣਕ ਹੈ ਨਹੀਂ ਨਾ ਸਾਨੂੰ ਪਤਾ ਵੀ ਕਣਕ ਹੁੰਦੀ ਕੀ ਹੈ ਆਟਾ ਬਣਾਉਣ ਵਾਸਤੇ ਅਸੀਂ ਨਹੀਂ ਸੋਚ ਸਕਦੇ ਰੋਟੀ ਬਣਾਉਣ ਵਾਸਤੇ ਅਸੀਂ ਨਹੀਂ ਸੋਚ ਸਕਦੇ ਜੇ ਬਾਹਰ ਸਾਡੇ ਕੋਲੇ ਕਣਕ ਪਈ ਆ ਕਣਕ ਦਾ ਅਸੀਂ ਆਟਾ ਬਣਾਉਣ ਵਾਸਤੇ ਸੋਚ ਸਕਦੇ ਕਿਉਂਕਿ ਸਾਡੇ ਕੋਲੇ ਪਿਆ ਪਦਾਰਥ ਹੋ ਦੇ ਅਸੀਂ ਪਹਿਲਾਂ ਹੀ ਦਿਮਾਗ 'ਚ ਰੋਟੀ ਦਾ ਕਨਸੈਪਟ ਕਿਵੇਂ ਬਣਾ ਲਾਂਗੇ ਵੀ ਰੋਟੀ ਅਸੀਂ ਐਂ ਲਾਉਣੀ ਆ ਕਣਕ ਸਾਨੂੰ ਪਈ ਨਹੀਂ ਮਿਲਦੀ ਨਹੀਂ ਹੂੰ ਮਤਲਬ ਕੀ ਹੈ ਵੀ ਜਿਹੜਾ ਪਦਾਰਥ ਆ ਉਸ ਪਦਾਰਥ ਨੂੰ ਵਰਤਨ ਦਾ ਢੰਗ ਤਰੀਕਾ ਤਾਂ ਦਿਮਾਗ ਦੱਸ ਸਕਦਾ ਹੈ ਦਿਮਾਗ ਦੇ ਵਿੱਚੋਂ ਸੋਚ ਦੇ ਨਾਲ ਪਦਾਰਥ ਪੈਦਾ ਨਹੀਂ ਕੀਤਾ ਜਾ ਸਕਦਾ ਇਹ ਪਦਾਰਥਵਾਦੀ ਫਲਸਫਾ ਹੈ ਸੌਖੇ ਢੰਗ 'ਚ ਜੇ ਆਪਾਂ ਦਰਸ਼ਕਾਂ ਨੂੰ ਸੌਖੇ ਢੰਗ ਦੇ ਨਾਲ ਸਮਝਾਉਣਾ ਹੋਵੇ ਹੁਣ ਇਹਦੇ 'ਚ ਅੜਿੱਕਾ ਕੀ ਲੱਗਦਾ ਬਹੁਤ ਵੱਡੇ ਅੜਿੱਕੇ ਆ ਵਿੱਚ ਇੱਕ ਤਾਂ ਹੈ ਅਨੁਮਾਨ ਪਰਮਾਨ ਹਮ ਅਰਮਾਨ ਪ੍ਰਮਾਨ ਅਸੀਂ ਲਾਉਨੇ ਆ ਵੀ ਕਿਤੇ ਅੱਗ ਲੱਗੀ ਧੂਆ ਨਿਕਲਦਾ ਤੇ ਧੂਆ ਦੇਖ ਕੇ ਅਸੀਂ ਅਮਾਨ ਲਾ ਲਿਆ ਕਿ ਉੱਥੇ ਅੱਗ ਲੱਗੀ ਹੈ ਕਿਉਂਕਿ ਅੱਗ ਤੋਂ ਬਿਨਾਂ ਧੂਆ ਨਹੀਂ ਨਿਕਲਦਾ ਸਾਨੂੰ ਹੁਣ ਪਰਾਲੀ ਦਾ ਧੂਆ ਦਸਾਂ ਪਿੰਡਾਂ ਚ ਪਤਾ ਲੱਗਿਆ ਫਰਾਨੀ ਥਾਂ ਕਹਿੰਦੇ ਅੱਗ ਲਾਤੀ ਤੇ ਇਸੇ ਤਰ੍ਹਾਂ ਇੱਕ ਹੈ ਪ੍ਰਤੱਖ ਪ੍ਰਮਾਨ ਪ੍ਰਤੱਖ ਪ੍ਰਮਾਨ ਆ ਵੀ ਦੋ ਤੇ ਦੋ ਇੱਥੇ ਵਿਚਾਰ ਆ ਦੋ ਮਗਾਸਾਂ ਲੈ ਲਓ ਉਹਨਾਂ ਦੇ ਕਿੰਨੇ ਕਿੰਨੇ ਹਿੱਸਾ ਲੈਣਾ ਉਹ ਲੈ ਲਓ ਉਹਨੂੰ ਇਕੱਠਾ ਕਰ ਲਓ ਪਾਣੀ ਬਣ ਜੂਗਾ ਇੱਥੇ ਵੀ ਬਣ ਜੂਗਾ ਚੰਦ ਤੇ ਜਾ ਕੇ ਵੀ ਬਣ ਜੂਗਾ ਇੱਕ ਵਿਗਿਆਨ ਦਾ ਨਿਜ਼ਮ ਹੈ ਵੀ ਉਹਨੇ ਪਾਣੀ ਬਣ ਜਾਣਾ ਤੇ ਇੱਕ ਹੈ ਸ਼ਬਦ ਪ੍ਰਮਾਨ ਜਿਹੜੇ ਸਾਰੇ ਇਹ ਧਾਰਮਿਕ ਗ੍ਰੰਥ ਹਨ ਇਹਨਾਂ ਤੇ ਸਾਰਿਆਂ ਨਾਲੋਂ ਕਰੜਾ ਪੈਰਾ ਜਿਹੜਾ ਉਹ ਸ਼ਬਦ ਪ੍ਰਮਾਨ ਵਾਲਾ ਸਾਡੇ ਸਾਰਿਆਂ ਨੂੰ ਵੱਧ ਪੈਰ ਮਿੱਧਦਾ ਕਿਉਂ ਮਿੱਧਦਾ ਉਹ ਕਹਿੰਦੇ ਵੀ ਜਿਹੜਾ ਕੁਝ ਸਾਡੇ ਧਰਮ ਚ ਲਿਖਿਆ ਨਾ ਇਹੀ ਅੰਤਮ ਸੱਚ ਹੈ ਇਸ ਤੋਂ ਮਗਰੋਂ ਕੋਈ ਸੱਚ ਨਹੀਂ ਹੋ ਸਕਦਾ ਜਿਵੇਂ ਹੁਣ ਤੁਸੀਂ ਲਾ ਲਓ ਵੀ ਜੇ ਅੱਜ ਕੋਈ ਖੋਜ ਹੁੰਦੀ ਹੈ ਵਿਗਿਆਨ ਦੀ ਖੋਜ ਹੋਣ ਤੋਂ ਪਹਿਲਾਂ ਹੀ ਕਹਿਣ ਲੱਗ ਜਾਂਦੇ ਇਹ ਤਾਂ ਖੋਜ ਸਾਡੇ ਪਹਿਲਾਂ ਹੀ ਸੀਗੀ ਬਹੁਤ ਸਾਰੇ ਫਲਸਫੇ ਇਹ ਜੇ ਆ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਨੂੰ ਵੀ ਮਿਲਦਾ ਇਹ ਵੀ ਜੇ ਕੋਈ ਵਿਗਿਆਨਕ ਖੋਜ ਹੁੰਦੀ ਹੈ ਉਹ ਕਹਿੰਦੇ ਨੇ ਇਹ ਤਾਂ ਗ੍ਰੰਥ ਇਹ ਤਾਂ ਗ੍ਰੰਥਾ ਚ ਪਹਿਲਾਂ ਹੀ ਲਿਖੀ ਵੀ ਆ ਬਈ ਜਿਹੜੀ ਗ੍ਰੰਥਾ ਚ ਲਿਖੀ ਵੀ ਹੋਣ ਤੱਕ ਖੋਜ ਨਹੀਂ ਹੋਈ ਤੁਸੀਂ ਉਹਦੇ ਬਾਰੇ ਦੱਸੋ ਵੀ ਪਾਈ ਆ ਸਾਡੇ ਗ੍ਰੰਥਾਂ ਚ ਲਿਖੀ ਆ ਇਹ ਹਾਲ ਤੱਕ ਵਿਗਿਆਨ ਨੇ ਖੋਜ ਨਹੀਂ ਕੀਤੀ ਜਦੋਂ ਖੋਜ ਵਿਗਿਆਨ ਕਰ ਲੈਂਦਾ ਫਿਰ ਸਾਰੇ ਦਿਖੋਣ ਕੇ ਦੱਸਣ ਲੱਗ ਜਾਂਦੇ ਕਿ ਕੋਈ ਨਾ ਕੋਈ ਤੋਖ ਨਾਲ ਰਲਦੀ ਹੁੰਦੀ ਉਸ ਤੋਖ ਨੂੰ ਰੁਲਾ ਕੇ ਦੱਸਣ ਹੁਣ ਜਿਹੜਾ ਸ਼ਬਦ ਪਰਮਾਨ ਦਾ ਮਸਲਾ ਉਹ ਕੀ ਹੈ ਇਹਦੀ ਮੈਂ ਇੱਕ ਆਧਾਰਨ ਦੇ ਕੇ ਤੁਹਾਨੂੰ ਸਮਝਾਉਂਗਾ ਜਦੋਂ ਅ ਕਾਪਰਨਿਕਸ ਨੇ ਪੇਪਰ ਲਿਖਿਆ ਵੀ ਧਰਤੀ ਕੇਂਦਰਤਾ ਸੂਰਜ ਕੇਂਦਰਤਾ ਇਹ ਜਿਹੜਾ ਸਾਰਾ ਮਤਲਬ ਧਰਤੀ ਹੈ ਜਿਹੜੀ ਸੂਰਜ ਦੇ ਦੁਆਲੇ ਘੁੰਮਦੀ ਹੈ ਧਰਤੀ ਗੋਲ ਹ ਹ ਜਦੋਂ ਉਹਨੇ ਲਿਖਿਆ ਕਾਪਰਨਿਕਸ ਨੇ ਤੇ ਹੁਣ ਉਹ ਪੋਪ ਸੀਗਾ ਇਹਨਾਂ ਦਾ ਸਹਾਇਆਂ ਦਾ ਗੁਰੂ ਤੇ ਪੋਪ ਆਂਦਾ ਵੀ ਸਾਡੀ ਤਾਂ ਬਾਈਬਲ ਦੇ ਵਿੱਚ ਲਿਖਿਆ ਵੀ ਧਰਤੀ ਚਪਟੀ ਹੈ ਹ ਤੇ ਤੂੰ ਕਿੱਥੋਂ ਆ ਗਿਆ ਜਿਹੜਾ ਤੂੰ ਦੱਸਣ ਵਾਲਾ ਵੀ ਧਰਤੀ ਗੋਲ ਹੈ ਤੇ ਸੂਰਜ ਦੇ ਦੁਆਲੇ ਘੁੰਮਦੀ ਹੈ ਉਹ ਕਹਿੰਦਾ ਇਹਦਾ ਜਿਹੜਾ ਪੇਪਰ ਹੈ ਇਹ ਲਿਖਿਆ ਵਾ ਇਹਨੂੰ ਜ਼ਬਤ ਕਰੋ ਪੇਪਰ ਜ਼ਬਤ ਕਰ ਲਿਆ ਉਹ ਪੇਪਰ ਜ਼ਬਤ ਕਰ ਲਿਆ ਉਹਦੇ ਤੇ ਪਾਬੰਦੀ ਲਾਤੀ ਪੇਪਰ ਤੇ ਹਾਲਾਂਕਿ ਹੁਣ ਤੀਜੀ ਦਾ ਬੱਚਾ ਵੀ ਇਹ ਗੱਲ ਕਹਿੰਦਾ ਵੀ ਧਰਤੀ ਗੋਲ ਹੈ ਤੇ ਸੂਰਜ ਦੇ ਦੁਆਲੇ ਘੁੰਮਦੀ ਆ ਉਹ ਕਹਿੰਦਾ ਸ਼ਬਦ ਪ੍ਰਮਾਣ ਦਾ ਮਸਲਾ ਹੈ ਉੱਥੇ ਭੂਪ ਕਹਿੰਦਾ ਭਾਈ ਸ਼ਬਦ ਪ੍ਰਮਾਣ ਦਾ ਅਰਥ ਇਹ ਹੈ ਵੀ ਜਿਹੜਾ ਕੁਝ ਸਾਡੇ ਗ੍ਰੰਥ ਚ ਸਾਡੇ ਗ੍ਰੰਥ ਚ ਲਿਖਿਆ ਧਰਤੀ ਚਪਟੀ ਹੈ ਸਾਡੇ ਗ੍ਰੰਥ ਚ ਲਿਖਿਆ ਵੀ ਇਹ ਜਿਹੜਾ ਸੂਰਜ ਤੇ ਦੂਜਾ ਸਾਰਾ ਕੁਝ ਧਰਤੀ ਦੇ ਦੁਆਲੇ ਘੁੰਮਦਾ ਇਸ ਕਰਕੇ ਸ਼ਬਦ ਪ੍ਰਮਾਣ ਦਾ ਮਸਲਾ ਵੀ ਤੂੰ ਇਹਦੇ ਚ ਕੋਈ ਸੋਧ ਨਹੀਂ ਕਰ ਸਕਦਾ ਨਾ ਹੀ ਇਹਦੇ ਤੇ ਦਿਮਾਗ ਲਾ ਸਕਦਾ ਇਹ ਜਿਹੇ ਕੰਮ ਵਾਸਤੇ ਕਿਉਂਕਿ ਪਹਿਲਾਂ ਇਹ ਸਾਰਾ ਕੁਝ ਲਿਖਿਆ ਜਾ ਚੁੱਕਾ ਹੁਣ ਜਦੋਂ ਉਹਨੇ ਉਹ ਗੱਲ ਕਹੀ ਉਹਦੇ ਤੇ ਸ਼ਬਦ ਪ੍ਰਮਾਣ ਟੁੱਟਦਾ ਸੀ ਸ਼ਬਦ ਪ੍ਰਮਾਣ ਟੁੱਟ ਹੁਣ ਸਾਡੇ ਲਾ ਲੋ ਤੁਸੀਂ ਕੋਈ ਵੀ ਗੱਲ ਅਸੀਂ ਜੇ ਧਰਮ ਦੇ ਕੋਈ ਕਿਸੇ ਗੱਲ ਦੇ ਵਿਰੋਧ ਚ ਅਸੀਂ ਕਹਿੰਦੇ ਆ ਤਾਂ ਉਹ ਕਹਿੰਦੇ ਜੀ ਤੁਸੀਂ ਇਹਨੂੰ ਬਦਲ ਨਹੀਂ ਸਕਦੇ ਪਰ 400 ਸਾਲ ਬਾਅਦ ਜਦੋਂ ਪੋਪ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਤਾਂ ਮੇਰਾ ਜੁਆਕ ਵੀ ਪੜੀ ਜਾਂਦਾ ਸਕੂਲ ਚ ਵੀ ਧਰਤੀ ਗੋਲ ਆ ਫੇਰ ਉਹ 400 ਸਾਲ ਬਾਅਦ ਇਨਾਂ ਤੋਂ ਗੈਲਿਲੀਓ ਤੋਂ ਕੋਪਰਨਿਕਸ ਤੋਂ ਬਰੋਨੋ ਨੂੰ ਜਿਹਨੋਂ ਜਿਉਂਦਾ ਸਾੜਿਆ ਸਾਰਿਆਂ ਤੋਂ ਮਾਫੀ ਮੰਗੀ ਵੀ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆਂ ਅਸੀਂ ਉਹ ਤੋਂ ਗਲਤ ਸਜ਼ਾਵਾ ਦਿੱਤੀਆਂ ਸੀ ਤੇ ਧਰਤੀ ਸੱਚੂ ਗੋਲ ਹੁਣ ਫੇਰ ਉਹ ਹਟ ਗਈ ਕਿਉਂਕਿ ਸ਼ਬਦ ਪ੍ਰਮਾਣ ਦਾ ਮਸਲਾ ਜਿਹੜਾ ਦਾ ਵਿਗਿਆਨ ਨਾਲ ਸਿੱਧਾ ਪਾੜਾ ਪੈਣਾ ਵਿਗਿਆਨ ਨੇ ਆਪਦਾ ਰਿਜ਼ਲਟ ਕੱਢ ਕੇ ਤਲੀ ਤੇ ਰੱਖ ਦੇਣਾ ਵੀ ਆਹ ਰਿਜ਼ਲਟ ਆ ਆਪਿਆ ਤੇਰੀ ਤਲੀ ਤੇ ਤੇ ਉਧਰ ਧਾਰਮਿਕ ਕਿਤਾਬ ਚ ਕੁਝ ਹੋਰ ਲਿਖਿਆ ਤੇ ਵਿਗਿਆਨ ਦਾ ਫਿਰ ਸਿੱਧਾ ਜਦੋਂ ਉਹਦੇ ਨਾਲ ਟਕਰਾਅ ਹੁੰਦਾ ਟਕਰਾਅ ਵੇਲੇ ਹੁਣ ਦੋਨੇ ਚੀਜ਼ਾਂ ਤੁਸੀਂ ਸਿਲੇਬਸ ਚ ਬੱਚਿਆਂ ਨੂੰ ਨਹੀਂ ਪੜਾ ਸਕਦੇ ਤੁਸੀਂ ਕਹੀ ਜਾਓ ਵੀ ਬਾਈਬਲ ਚ ਲਿਖਿਆ ਹੋਇਆ ਜੀ ਧਰਤੀ ਚਪਤੀ ਹੈ ਵੀ ਐਂ ਚੜਦਾ ਸੂਰਜ ਤੇ ਐਂ ਆਉਂਦਾ ਤੇ ਐਂ ਜਾਂਦਾ ਤੇ ਇੱਕ ਪਾਸੇ ਕਹੀ ਜਾਓ ਗੋਲ ਆ ਦੋਨੇ ਚੀਜ਼ਾਂ ਨਹੀਂ ਪੜਾਈਆਂ ਜਾ ਸਕਦੀਆਂ ਇੱਕੋ ਹੀ ਪੜਾਉਣੀ ਪਊਗੀ ਇਸੇ ਕਰਕੇ ਮੈਂ ਕਹਿੰਦਾ ਸੀ ਇੱਕ ਬ੍ਰਹਿਮੰਡੀ ਫਲਸਫਾ ਹੁੰਦਾ ਇੱਕ ਫਲਸਫਾ ਹੁੰਦਾ ਜਿਹਨੂੰ ਅਸੀਂ ਖੇਤਰੀ ਕਹਿੰਦੇ ਆ ਇਹ ਜਿਹੜਾ ਵਿਚਾਰ ਆ ਖੇਤਰੀ ਆ ਧਰਮਾਂ ਦੇ ਸਾਰੇ ਵਿਚਾਰ ਖੇਤਰੀ ਆ ਜਿਹੜਾ ਬ੍ਰਹਿਮੰਡੀ ਫਲਸਫਾ ਕੋਪਰਨਿਕਸ ਦਾ ਉਹ ਫਲਸਫਾ ਜਿਹੜਾ ਉਹਨੇ ਕਿਹਾ ਵੀ ਸੂਰਜ ਕੇਂਦਰਤੈਸ ਭਾਵੇਂ ਕਿ ਉਹ ਤੋਂ ਬਾਅਦ ਬਹੁਤ ਵੱਡੀਆਂ ਖੋਜਾਂ ਹੋਰ ਹੋ ਗਈਆਂ ਪਰ ਪਹਿਲਾ ਉਹ ਦੱਸਣ ਵਾਲਾ ਵਿਗਿਆਨੀ ਸੀ ਜੀ ਨੇ ਦੱਸਿਆ ਵੀ ਧਰਤੀ ਆ ਜਿਹੜੀ ਇਹਦੇ ਦੁਆਲੇ ਘੁੰਮਦੀ ਆ ਤੇ ਇਹ 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 ਨੂੰ ਆਪਾਂ ਕਹਿੰਦੇ ਆ ਵੀ ਇਹ ਬ੍ਰਹਿਮੰਡੀ ਫਲਸਫਾ ਕਿਉਂਕਿ ਸਾਰੇ ਸੰਸਾਰ ਦੀਆਂ ਕਿਤਾਬਾਂ ਦੇ ਵਿੱਚ ਹਮ ਸਾਰੇ ਬੱਚਿਆਂ ਨੂੰ ਕਾਪਰਨਿਕਸ ਦਾ ਫਲਸਫਾ ਹੀ ਪੜਾਇਆ ਜਾਊਗਾ ਕਦੇ ਵੀ ਇਹ ਦੂਜਾ ਫਲਸਫਾ ਕੋਈ ਨਹੀਂ ਪੜਾਇਆ ਜਾਣਾ ਜਿਵੇਂ ਆਪਾਂ ਇਹਦੇ ਚ ਆ ਲੈ ਲਏ ਵੀ ਧਰਤੀ ਦੇ ਪਚਾੜ ਆਉਂਦਾ ਹਮ ਜਦੋਂ ਪਚਾੜ ਆਉਂਦਾ ਜਿਹੜੇ ਤਾਂ ਹੈਗੇ ਸਮੁੰਦਰ ਦੇ ਨੇੜਲੇ ਉਹਨਾਂ ਨੇ ਤਾਂ ਵੇਖ ਲਿਆ ਵੀ ਕੱਚੂ ਦੀ ਪਿੱਠ ਬਹੁਤ ਤਕੜੀ ਆ ਉਹ ਆਦੇ ਜੀ ਕਛੂ ਤੇ ਆ ਧਰਤੀ ਤਿੱਕੀ ਵੀ ਜਦੋਂ ਕਛੂ ਆਪਦੀ ਪਿੱਠ ਹਿਲਾਉਂਦਾ ਉਦੋਂ ਧਰਤੀ ਹਿੱਲਦੀ ਹੈ ਪਚਾਲ ਆ ਜਾਂਦਾ ਜਿਹੜੇ ਆਪਣੇ ਇੱਥੇ ਉਹ ਭਾਲਦੇ ਦੇ ਸੰਗ ਤੇ ਟਿਕਾਈ ਰੱਖੀ ਆ ਨਾ ਲੱਗਾ ਭਾਲਦੀ ਆ ਤਕੜਾ ਸਭ ਤੋਂ ਜਿਹੜਾ ਸਾਨੂੰ ਹਲ ਬਾਕੇ ਤੇ ਸਾਨੂੰ ਰੋਟੀ ਖੁਵਾਈ ਜਾਂਦਾ ਇਹਦੇ ਤੇ ਟਿੱਕੀ ਵੀ ਆ ਸਾਰੀ ਉਹ ਸੰਗ ਤੇ ਟਿਕਾਈ ਖੜਾ ਵੀ ਜੋ ਸੰਗ ਬਦਲਦਾ ਉਦੋਂ ਆਉਂਦੀ ਆ ਇਸੇ ਤਰ੍ਹਾਂ ਮੱਛੀਆਂ ਦੀਆਂ ਪੂਸ਼ ਮੱਛੀ ਦੀਆਂ ਆਏ ਹੁੰਦੀਆਂ ਜਿਹੜੇ ਸਮੁੰਦਰ ਦੇ ਨੇੜੇ ਹੋਰ ਜਿੱਥੇ ਕੱਚੂ ਨਹੀਂ ਹੈ ਠੰਡੇ ਮੁਲਕਾਂ 'ਚ ਕੁਝ ਮੱਛੀਆਂ ਹੈਗੀਆਂ ਉਹ ਕਹਿੰਦੇ ਵੀ ਮੱਛੀਆਂ ਦੋਨੇ ਆਏ ਪਿੱਠਾਂ ਜੋੜ ਗਾਉਂਗਾ ਪਿੱਠਾਂ ਦੇ ਵਿਚਾਲੇ ਆਏ ਜਿਹੜੀ ਧਰਤੀ ਆ ਪਈ ਆ ਜਦੋਂ ਮੱਛੀਆਂ ਥੱਕਦੀਆਂ ਆ ਮਾੜਾ ਮੋਟ ਪਾਸਾ ਲੈਂਦੀਆਂ ਉਹ ਪਹਚਾਲ ਆਉਂਦਾ ਇਹ ਕਦੇ ਵੀ ਕਿਸੇ ਕਿਤਾਬ 'ਚ ਨਹੀਂ ਪੜਾਇਆ ਜਾ ਸਕਦਾ ਕਿਉਂਕਿ ਖੇਤਰੀ ਫਲਸਫੇ ਆ ਜਿਹੜਾ ਵਰੇਵੰਡੀ ਫਲਸਫਾ ਉਹ ਇਹ ਆ ਵੀ ਪਲੇਟਾਂ ਦੋ ਉਹ ਪਲੇਟਾਂ ਕਿੱਥੇ ਕਿੱਥੇ ਕਿਹੜੇ ਧਰਤੀ ਦੇ ਕਿਹੜੇ ਹਿੱਸੇ 'ਚ ਵੱਡਾ ਪਹਚਾਲ ਆਉਣਾ ਕਿਹੜੇ 'ਚ 5 ਨੰਬਰ ਦਾ ਆਉਣਾ ਕਿਹੜੇ 'ਚ 7 ਨੰਬਰ ਦਾ ਆਉਣਾ ਕਿਹੜੇ 'ਚ 3 ਨੰਬਰ ਦਾ ਆਉਣਾ ਉਹ ਸਾਰੀ ਉਹਨਾਂ ਨੇ ਵਰਗਵੰਡ ਕਰਕੇ ਦੱਸੀ ਵੀ ਆ ਜਿਵੇਂ ਉਹਨਾਂ ਜਾਪਾਨ 'ਅ ਉੱਥੇ 24 ਘੰਟੇ 'ਚ ਕਦਾ ਚਟਕਾ ਲੱਗਣੇ ਲੱਗਣਾ ਕਿਉਂਕਿ ਉਸ ਪੱਟੀ ਦੇ ਉਹ ਜਿਹੜੀ ਪੱਟੀ ਆ ਉਸ ਪੱਟੀ ਦੇ ਐਨ ਚੌਕ 'ਚ ਬੈਠਾ ਉਹ ਉੱਥੇ ਝਟਕਾ ਲੱਗੀ ਜਾਂਦਾ ਲਗਾਤਾਰ ਮਤਲਬ ਇਹ ਇਹ ਜਿਹੜੇ ਜਵਾਰ-ਭਾਟੇ ਬਾਰੇ ਵੀ ਇਹੀ ਗੱਲ ਹੋ ਗਈ ਹਾਂ ਜਵਾਰ-ਭਾਟੇ ਬਾਰੇ 70% ਪਾਣੀ ਜਿਹੜਾ ਸਮੁੰਦਰ ਦਾ ਸਾਡੇ ਸਰੀਰ 'ਚ 70% ਸਾਡੇ ਸਰੀਰ 'ਚ ਆ ਇਹਦੇ ਨਾਲ ਜੋੜ ਕੇ ਜੋਤਸ਼ ਨੇ ਕੀਤਾ ਬਈ 70% ਪਾਣੀ ਸਾਡੇ ਸਰੀਰ 'ਚ ਤੇ 70% ਹੀ ਅਸੀਂ ਉਹਨਾਂ ਨੂੰ ਮੈਂ ਕੋਈ ਗੱਲ ਕਹੀ ਸੀ ਮੈਂ ਕਿਹਾ ਵੀ ਤੁਸੀਂ ਕਹਿੰਦੇ ਆ ਵੀ ਜਿਹੜੇਗਾ ਰੇਜ਼ ਆਉਂਦੀਆਂ ਵੱਖੋ-ਵੱਖਰੇ ਗ੍ਰਹਿ ਆ ਤੇ ਇਹਨਾਂ ਨੂੰ ਬਦਲਿਆ ਜਾ ਸਕਦਾ ਨਾਗ ਪਾ ਕੇ ਜਾਂ ਕੁਝ ਪਾ ਕੇ ਉਹ ਸਮੁੰਦਰ ਦੇ ਕਿਨਾਰੇ ਜਾ ਕੇ ਭਾਵੇਂ ਜਿੰਦਾ ਮਰਜੀ ਪੱਥਰ ਰੱਖ ਲਓ ਬਰਾ ਉਹ ਜਵਾਰ-ਭਾਟਾ ਰੋਕ ਕੇ ਬੁਖਾਓ ਕਿਉਂਕਿ ਜਵਾਰ ਉਹ ਵਜ੍ਹਾ ਤਾਂ ਵਿਗਿਆਨਿਕ ਹੈ ਵਿਗਿਆਨ ਨੇ ਉਹ ਦੱਸਦਾ ਵੀ ਭਾਈ ਕਦੋਂ ਸੂਰਜ ਦੇ ਧਰ ਤੇ ਜਿਹੜੀ ਇਹਦੀ ਚੰਦ ਦੀ ਖਿੱਚ ਆ ਉਹ ਕਦੋਂ-ਕਦੋਂ ਕਿਹੜੇ ਪਾਸੇ ਹੋਣ ਤੋਂ ਵਧਣਾ ਤੇ ਕਿਹੜੇ ਪਾਸੇ ਹੋਣ ਤੋਂ ਘਟਣਾ ਖਤਮ ਹੋਣਾ ਉਹਨੇ ਮਤਲਬ ਉਹਨੇ ਦੱਸਤਾ ਸਾਰ ਹੁਣ ਅਸਲ ਚ ਇਹ ਹੈ ਵੀ ਜਦੋਂ ਆਪਾਂ ਕੋਈ ਇਹਨਾਂ ਕੋਲ ਸਬੂਤ ਮੰਗਦੇ ਆ ਨਾ ਭਾਵੇਂ ਉਹ ਧਾਰਮਿਕ ਕਿਸੇ ਬੰਦੇ ਕੋਲ ਮੰਗੀਏ ਭਾਵੇਂ ਦੂਜੇ ਕੋਲੋਂ ਮੰਗੀਏ ਸਬੂਤ ਇਹਨਾਂ ਕੋਲੇ ਹੈ ਨਹੀਂ ਹੂੰ ਜੇ ਸਾਰੇ ਬਾਬੇ ਕਹਿੰਦੇ ਆ ਵੀ ਤੇਰੀ ਲਿਖੀ ਆ ਲਿਖੀ ਦਾ ਇੱਕ ਵੀ ਸਬੂਤ ਨਹੀਂ ਦੇ ਸਕਦੇ ਜਦੋਂ ਆਪਾਂ ਉਹਨਾਂ ਨੂੰ ਸਵਾਲ ਕਰਦੇ ਵੀ ਤੇਰੇ ਧਾਲੇ ਫਿਰ ਕਾ ਤੋਂ ਆ ਪੰਜ ਹੂੰ ਇੱਥੇ ਆ ਕੇ ਫਿਰ ਉਹਨਾਂ ਦੀ ਫੂਕ ਨਿਕਲ ਜਾਂਦੀ ਹੈ ਹਾਂਜੀ ਅੱਛਾ ਤੇ ਕੁਦਰਤ ਕਈ ਲੋਕ ਜਿਹੜੇ ਨੇ ਕੁਦਰਤ ਨੂੰ ਵੀ ਰੱਬ ਸਮਝੀ ਬੈਠੇ ਨੇ ਮੈਂ ਚਾਹਣਾ ਇਹਦਾ ਵੀ ਤੁਸੀਂ ਥੋੜਾ ਜਿਹਾ ਵਖਰੇਵਾ ਜ਼ਰੂਰ ਕਰਕੇ ਦੱਸੋਗੇ ਫਰਕ ਕੀ ਹੈ ਕੁਦਰਤ ਤੇ ਰੱਬ 'ਚ ਅਸਲ 'ਚ ਕੁਦਰਤ ਆ ਜਿਹੜਾ ਇਹ ਨਿਜ਼ਮਾਂ ਦਾ ਨਾਮ ਹੈ ਹੂੰ ਮੈਂ ਇਹਦੀ ਬੜੀ ਸੌਖੀ ਧਾਰਨ ਦੇਵਾ ਸੌਖੀ ਧਾਰਨਾ ਸਮਝੂਗਾ ਸਾਡੇ ਦਰਸ਼ਕ ਕਿਉਂਕਿ ਆਪਾਂ ਆਧਾਰ ਨੂੰ ਪਿੰਡਾਂ ਵਾਲ ਕੋਈ ਦਈਏ ਜਿਹੜੀ ਦਰਸ਼ਕਾਂ ਦੇ ਸਮਝ ਸੌਖੀ ਆ ਪਾਣੀ ਦਾ ਸਵਾਲ ਹੈ ਉੱਚੇ ਪਾਸੇ ਤੋਂ ਨੀਵੇਂ ਵੱਲ ਨੂੰ ਜਾਣਾ ਤੁਸੀਂ ਪਾਣੀ ਨੂੰ ਉੱਚੇ ਥਾਂ ਤੇ ਡੋਲ ਦਿਓ ਉਹਨੇ ਜਿਹੜੇ ਪਾਸੇ ਉਹਨੂੰ ਰਾਹ ਮਿਲਦਾ ਨੀਵੇਂ ਪਾਸੇ ਨੂੰ ਤੁਰੇ ਜਾਣਾ ਇਹ ਕੁਦਰਤੀ ਆ ਜੀ ਪਰ ਜਿਹੜਾ ਰੱਬ ਆ ਉਹ ਕਹਿੰਦੇ ਵੀ ਜੇ ਤੁਹਾਡੇ ਬੱਚਾ ਨਹੀਂ ਨਾ ਹੁੰਦਾ ਅਰਦਾਸ ਕਰੋ ਤੇ ਤੁਹਾਡੇ ਬੱਚਾ ਹੋ ਜਾਊਗਾ ਜੇ ਤੁਹਾਡੇ ਕੁੜੀਆਂ ਹੋਈ ਜਾਂਦੀਆਂ ਅਰਦਾਸ ਕਰੋ ਤੁਹਾਡੇ ਮੁੰਡਾ ਹੋ ਜਾਊਗਾ ਜੇ ਤੁਹਾਡੇ ਮਤਲਬ ਕੋਈ ਇਹ ਜਾਂ ਵਿਗੜ ਪੈਂਦਾ ਪਾਣੀ ਵੱਧ ਮੀਂਹ ਪੈਣ ਲੱਗਿਆ ਅਰਦਾਸ ਕਰੋ ਮੀਂਹ ਹਟ ਜਾਊਗਾ ਜੇ ਤੁਹਾਡੇ ਮੀਂਹ ਬਿਲਕੁਲ ਨਹੀਂ ਪੈਂਦਾ ਅਰਦਾਸ ਕਰੋ ਮੀਂਹ ਪੈਣ ਲੱਗ ਜਾਊਗਾ ਸਾਰੀ ਦੁਨੀਆ ਦੇ ਲੋਕ ਅਰਦਾਸ ਆਪ ਦੇ ਆਪ ਦੇ ਧਰਮ ਦੀ ਕਰਨ ਲੱਗ ਜਾਣ ਪਾਣੀ ਨੂੰ ਉੱਚੇ ਥਾਂ ਤੋਂ ਨੀਵੇਂ ਥਾਂ ਨੂੰ ਜਿਹੜਾ ਆ ਰਿਹਾ ਉਹਨੂੰ ਕਹਿਣ ਵੀ ਉੱਚੇ ਨੂੰ ਚੜ ਜਾ ਅਸੀਂ ਅਰਦਾਸ ਕਰਦੇ ਆ ਕਦੇ ਨਹੀਂ ਚੜੂਗਾ ਉਹ ਕੀ ਕੋ ਦਾ ਨੈਜ਼ਮਾ ਵੀ ਉਹਨੇ ਨੀਵੇਂ ਵੱਲ ਨੂੰ ਜਾਣਾ ਉਹਨੂੰ ਕੋਈ ਅਰਦਾਸ ਦਾਤ ਮਤਲਬ ਨਹੀਂਗਾ ਹੁਣ ਇੱਥੇ ਇੱਕ ਹੋਰ ਗੱਲ ਮੈਨੂੰ ਯਾਦ ਆ ਗਈ ਜੀ ਵੀ ਜਦੋਂ ਸਾਡੇ ਬੱਚਾ ਨਹੀਂ ਨਾ ਹੁੰਦਾ ਵਿਖੀ ਸਾਹਿਬ ਸਾਡਾ ਜਿੱਥੇ ਕਿਤੇ ਆਸਥਾ ਹੈ ਨਾ ਅਸੀਂ ਉੱਥੇ ਮੰਗਣ ਜਾਂਦੇ ਆ ਬੱਚਾ ਬਿਲਕੁਲ ਵੀ ਸਾਨੂੰ ਬੱਚਾ ਦਿਓ ਜੀ ਆਸਾ ਵਾਲੇ ਤਾਂ ਜਾਂਦੇ ਆ ਅਸੀਂ ਉੱਥੇ ਆਪਦੀ ਸੁੱਖ ਸੁਖਦੇ ਆ ਅਰਦਾਸ ਕਰਾਉਂਦੇ ਆ ਭਾਈ ਤੋਂ ਕੋਈ ਹੋਰ ਜਿਹੜੀ ਸਾਡੀ ਆਸਥਾ ਉਹ ਸੁੱਖਦੇ ਆ ਹੂੰ ਮਰਦਾਸ ਵਾਲੀ ਗੱਲ ਵੀ ਇੱਕ ਵਿਚਾਲੇ ਹੋਰ ਸੁਣਾਉਂਗਾ ਪਾਕਿਸਤਾਨ ਨਾਲ ਸੰਬੰਧਿਤ ਮੈਨੂੰ ਯਾਦ ਕਰਾ ਦੇਵਾਂ ਭੁੱਲ ਨਾ ਜਾਵਾਂ ਤੇ ਉਹ ਅਰਦਾਸ ਅਸੀਂ ਕਰਦੇ ਹਾਂ ਵੀ ਸਾਡੇ ਪਰ ਜੇਕਰ ਉਹ ਸਾਨੂੰ ਬੱਚਾ ਦੇ ਸਕਦਾ ਜਿਹੜੀ ਸ਼ਕਤੀ ਦੇ ਮੂਹਰੇ ਤੁਸੀਂ ਅਰਦਾਸ ਕੀਤੀ ਹੈ ਤੇ 98 99% ਲੋਕ ਤਾਂ ਫਿਰ ਬੱਚਾ ਬੰਦ ਕਰਨ ਵਾਲੇ ਆ ਹੂੰ ਬੰਦ ਕਰਨ ਵੇਲੇ ਅਸੀਂ ਉੱਥੇ ਕਦੇ ਨਹੀਂ ਜਾਂਦੇ ਭਾਈ ਜੀ ਮੇਰੇ ਦੋ ਬੱਚੇ ਮੈਨੂੰ ਚਾਹੀਦੇ ਸੀ ਦੋ ਬੱਚੇ ਮੇਰੇ ਹੋ ਗਏ ਆ ਚੱਕੋਰ ਦਾਸ ਆ ਚੱਕੋ ਬੇਨਤੀ ਆ ਚੱਕੋ ਪੈਸੇ ਆਸੇ ਕੋ ਥੋੜੀ ਭੇਟਾ ਤੇ ਮੇਰੇ ਹੁਣ ਬੱਚਾ ਹੋਵੇ ਨਾ ਕਿਉਂ ਕਿਉਂਕਿ ਰਿਜ਼ਲਟ ਮਹੀਨੇ ਬਾਅਦ ਹੀ ਸਾਹਮਣੇ ਆ ਜਾਣਾ ਉਹ ਤੋਂ ਸਾਡੀ ਕੋਈ ਆਸਥਾ ਨਹੀਂ ਉਹ ਅਸੀਂ ਕਹਿੰਦੇ ਰੱਬ ਨੂੰ ਮੰਨਦੇ ਆ ਪਰ ਉਦੋਂ ਅਸੀਂ ਰੱਬ ਨੂੰ ਨਹੀਂ ਮੰਨਦੇ ਉਦੋਂ ਸਾਡਾ ਉਸੇ ਰੱਬ ਤੇ ਕੋਈ ਭਰੋਸਾ ਜੇਗਾ ਉਦੋਂ ਅਸੀਂ ਹਸਪਤਾਲ ਜਾਂਦੇ ਐ ਵੀ ਸਾਡਾ ਜੀ ਆਪਰੇਸ਼ਨ ਕਰ ਦਿਓ ਸਾਡੇ ਕੋ ਪਰਿਵਾਰ ਨਿਯੋਜਨ ਦਾ ਹੋ ਢੰਗ ਤਰੀਕਾ ਦੱਸੋ ਤਾਂ ਕਿ ਸਾਡੇ ਦੋ ਬੱਚੇ ਹੋ ਗਏ ਹੋਰ ਬੱਚੇ ਦੀ ਸਾਨੂੰ ਲੋੜ ਨਹੀਂ ਹੁਣ ਚੀਨ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਕਹਤਾ ਵੀ ਇੱਕ ਹੀ ਹੋਊਗਾ ਸਾਡੇ ਹੁਣ ਇਹ ਭਾਤੀ ਜਨਤਾ ਪਾਰਟੀ ਵਾਲੇ ਉਹ ਅਸਾਮ ਚ ਰੂਲ ਬਣਾਉਣ ਨੂੰ ਫਿਰਦੇ ਵੀ ਦੋ ਹੀ ਹੋਣ ਗਿਆ ਸੀ ਦੋ ਤੇ ਸਾਡੇ ਦੋ ਹੁਣ ਜੇ ਆਪਾਂ ਕਿਸੇ ਮੇਰੇ ਜਿਵੇਂ ਮੈਨੂੰ ਕੋਈ ਪੁੱਛੇ ਵੀ ਤੁਸੀਂ ਕਿੰਨੇ ਭੈਣ ਭਰਾ ਅਸੀਂ ਹੁਣ ਚਾਰ ਭਰਾ ਤੇ ਚਾਰ ਭੈਣਾਂ ਕਿਉਂਕਿ ਉਹ ਪਰਿਵਾਰ ਨਿਯੋਜਨ ਹੈ ਨਹੀਂ ਸੀ ਲਾਜ਼ਮੀ ਹੈ ਵੀ ਬੱਚੇ ਮੇਰੇ ਹਾਣੀ ਆ ਜਿਹੜੇ ਸਾਰੇ ਉਹ ਆਪਦੇ ਆਪ ਦਾ ਧਿਆਨ ਮਾਰ ਕੇ ਦੇਖ ਲੋ ਜਿਨ੍ਹਾਂ ਦੀ ਇਸ ਵੇਲੇ ਉਮਰ 60 ਕ ਸਾਲ ਆ 58 ਸਾਲ ਆ ਉਹ ਸਾਰੇ ਹੀ ਮੇਰੇ ਵਾਂਗੂ ਆ ਮਤਲਬ ਚਾਰ ਪੰਜ ਭੈਣਾਂ ਤੇ ਚਾਰ ਪੰਜ ਭਰਾ ਕਿਉਂਕਿ ਪਰਿਵਾਰ ਨਿਯੋਜਨ ਹੈ ਨਹੀਂ ਸੀ ਪਰ ਹੁਣ ਅੱਜ ਕੱਲ ਜੇ ਕੋਈ ਲੈਂਦਾ ਬੱਚਾ ਇੱਕ ਜਾਂ ਦੋ ਲੈਂਦੀ ਹੈ ਹਮ ਹੁਣ ਇੱਕ ਜਾਂ ਦੋ ਬੱਚੇ ਜੇ ਲੈਣੇ ਆ ਤਾਂ ਕੋਈ ਨਾ ਕੋਈ ਢੰਗ ਤਰੀਕਾ ਤਾਂ ਅਪਣਾਉਣਾ ਪਊਗਾ ਨਾ ਇੱਕ ਢੰਗ ਤਰੀਕਾ ਤਾਂ ਵਿਗਿਆਨਕ ਹੈ ਹਮ ਵੀ ਤੁਸੀਂ ਭਾਈ ਉਹਦਾ ਇਲਾਜ ਕਰਾ ਲਓ ਹਸਪਤਾਲ ਚਲੇ ਗੋ ਉਹ ਤੁਹਾਨੂੰ ਪਰਿਵਾਰ ਨਿਯੋਜਨ ਦੇ ਢੰਗ ਤਰੀਕੇ ਦੱਸ ਦੇਣਗੇ ਵਿਗਿਆਨਕ ਤਰੀਕੇ ਦੇ ਨਾਲ ਅਗਲਾ ਬੱਚਾ ਤੁਸੀਂ ਬੰਦ ਕਰ ਸਕਦੇ ਆ ਜਦੋਂ ਵੀ ਚਾਹੋ ਉਦੋਂ ਹੀ ਬੰਦ ਕਰ ਸਕਦੇ ਇੱਕ ਸਾਡੇ ਕੋਲੇ ਫਲਸਫਾ ਉਹ ਆ ਜਿਹੜਾ ਆਦਾ ਵੀ ਬੇਨਤੀ ਕਰੋ ਅਰਦਾਸ ਕਰੋ ਬੇ ਅਰਦਾਸ ਨਾ ਹੋਊਗਾ ਅਰਦਾਸ ਵਾਲਾ ਪ੍ਰਤਿਆਕ ਕੇ ਵੇਖ ਲੈਣ ਕਦੇ ਬੰਦ ਨਹੀਂ ਹੋਣਾ ਫੇਰ ਇੱਕ ਤੁਹਾਨੂੰ ਹਾਸੇ ਵਾਲੀ ਗੱਲ ਦੱਸਾਂ ਵੀ ਪਾਕਿਸਤਾਨ ਦੇ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਇੱਕ ਉਥੋਂ ਦਾ ਪਾਠੀ ਅਰਦਾਸ ਕਰਨ ਲੱਗ ਗਿਆ ਉਹ ਅਰਦਾਸ ਕਰਦਾ ਕਰਦਾ ਕਿਉਂਕਿ ਅਸੀਂ ਨਕਲ ਮਾਰਦੇ ਆ ਅਰਦਾਸ ਅਸੀਂ ਮੰਨੋ ਤਾਂ ਕਰਦੇ ਹੀ ਨਹੀਂ ਅਰਦਾਸਾਂ ਤਾਂ ਨਕਲੀ ਮਾਰਦੇ ਆ ਨਾ ਉਹਨੇ ਉੱਥੇ ਕਹਿਤਾ ਨਨਕਾਣਾ ਸਾਹਿਬ ਵਰਗੇ ਗੁਰਦੁਆਰੇ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਦੀ ਸੇਵਾ ਸੰਭਾਲ ਪੰਥ ਨੂੰ ਬਖਸ਼ੋ ਹਮ ਅਰਦਾਸ ਕਰਤੀ ਅਰਦਾਸ ਕਰਨ ਤੋਂ ਬਾਅਦ ਉੱਥੋਂ ਦੇ ਮੰਤਰੀ ਨੇ ਆ ਕੇ ਡੌਲਿਓ ਫੜ ਲਿਆ ਉਹ ਕਹਿੰਦਾ ਵੀ ਅੱਜ ਜਿੱਥੇ ਤੂੰ ਖੜਾ ਹੈ ਕੀ ਹੈ ਅਖੇ ਨਨਕਾਣਾ ਸਾਹਿਬ ਉਹ ਤਾਂ ਨਹੀਂ ਤੂੰ ਕਹੀ ਜਨਾ ਮੈਨੂੰ ਪੰਥ ਤੋਂ ਵਿਛੋੜਿਆ ਵਾ ਵੀ ਸੇਵਾ ਸੰਭਾਲ ਤਾਂ ਤੂੰ ਕਰਦਾ ਇੱਥੇ ਖਾਲਸਾ ਬੰਦਾ ਤੂੰ ਹੀ ਇੱਥੇ ਸੇਵਾ ਸੰਭਾਲ ਕਰਦਾ ਤੈਨੂੰ ਅਸੀਂ ਕਿੱਥੋਂ ਵਿਛੋੜਤਾ ਵੀ ਜੇ ਤੂੰ ਮੰਗਣਿਆ ਤੂੰ ਭਾਰਤ ਵਾਲੇ ਮੰਗ ਹਮ ਤੂੰ ਕਹਿ ਵੀ ਮੈਂ ਹਜੂਰ ਸਾਹਿਬ ਮੇਤੋਂ ਵਿਛੜਿਆ ਗਿਆ ਮੈਨੂੰ ਹਜੂਰ ਸਾਹਿਬ ਨੂੰ ਮਿਲਾਂ ਜਾਂ ਮੇਤੋਂ ਆਨੰਦਪੁਰ ਸਾਹਿਬ ਵਿਛੜਿਆ ਮੈਨੂੰ ਆਨੰਦਪੁਰ ਸਾਹਿਬ ਨੂੰ ਆ ਤਾਂ ਤੂੰ ਵੀ ਕਹੀ ਜ ਨਨਕਾਣਾ ਸਾਹਿਬ ਮਤਲਬ ਇਦਾਂ ਦੀ ਨਕਲੀ ਮਾਰੀ ਜਾਂਦੇ ਬਿਲਕੁਲ ਮਤਲਬ ਇਹ ਹੁਣ ਵਿਛੋੜੇ ਵੇਲੇ 60 ਕਰੋੜ ਅਸੀਂ ਅਰਦਾਸ ਕਰ ਚੁੱਕੇ ਆ ਬਈ ਇਹ ਜਿਹੜੇ ਨਨਕਾਣਾ ਸਾਹਿਬ ਕੋ ਬਰਗੇ ਗੁਰਦੁਆਰੇ ਆ ਇਹਨਾਂ ਦੀ ਸੇਵਾ ਸੰਭਾਲ ਪੰਥ ਨੂੰ ਬਖਸ਼ੋ ਤੇ ਸਾਨੂੰ ਖੁੱਲੇ ਦਰਸ਼ਨ ਦਦਾਰ ਦੇ ਮੌਕੇ ਦਿਓ ਜਦੋਂ ਹੁਣ ਦੋ ਸਰਕਾਰਾਂ ਨੇ ਸਮਝੌਤਾ ਕਰ ਲਿਆ ਉਹ ਜਿਹੜਾ ਰਸਤਾ ਖੁੱਲ ਗਿਆ ਹੋਰ ਉੱਥੇ ਜਾ ਕੇ ਸੀ ਉਹਨਾਂ ਦੇ ਦਰਸ਼ਨ ਕਰ ਸਕਦੇ ਆ ਕਿ ਸਰਕਾਰਾਂ ਦਾ ਮਸਲਾ ਸੀ ਨਾ ਕਿ ਅਰਦਾਸ ਦਾ ਸੀ ਜਿੰਨਾ ਚਿਰ ਸਰਕਾਰਾਂ ਨੂੰ ਅਕਲ ਨਹੀਂ ਆਈ ਜਿੰਨਾ ਚਿਰ ਉਹ ਮਨੁੱਖ ਨੇ ਇਹ ਨਹੀਂ ਦੇਖਿਆ ਵੀ ਯਾਰ ਕਿਸੇ ਦੀ ਆਸਥਾ ਜੁੜੀ ਆ ਇੱਕ ਧਰਤੀ ਤੇ ਕਿਰਤ ਦੀ ਗੱਲ ਕਰਨ ਵਾਲੇ ਬੰਦੇ ਦਾ ਉੱਥੇ ਸਥਾਨ ਆ ਅਸੀਂ ਉਸ ਸਥਾਨ ਤੇ ਜਾਣਾ ਚਾਹੁੰਦੇ ਆ ਜਿੰਨੇ ਚਿਰ ਸਰਕਾਰਾਂ ਦਾ ਰਾਜੀਨਾਮਾ ਨਹੀਂ ਹੋਇਆ ਉਹਨਾਂ ਚਿਰ ਕਿਸੇ ਅਰਦਾਸ ਨੇ ਕੋਈ ਕੰਮ ਨਹੀਂ ਕੀਤਾ ਜਦੋਂ ਸਰਕਾਰਾਂ ਦਾ ਰਾਜੀਨਾਮਾ ਹੋਇਆ ਫੇਰ ਹੀ ਅਰਦਾਸਾਂ ਨੇ ਕੰਮ ਕੀਤਾ ਜੀ ਜੀ ਹਾਂਜੀ ਅੱਛਾ ਤੇ ਇੱਕ ਜਿਹੜਾ ਵਿਗਿਆਨਿਕ ਫਲਸਫੇ ਨੂੰ ਛੱਡ ਕੇ ਖਾਸ ਕਰਕੇ ਬਾਬੇ ਜਿਹੜੇ ਫਲਸਫੇ ਲਾਉਂਦੇ ਨੇ ਤੁਸੀਂ ਤੁਹਾਡਾ ਲੰਬਾ ਤਜਰਬਾ ਹੈ ਤੁਹਾਨੂੰ ਕੀ ਲੱਗਦਾ ਕਿ ਬਾਬਿਆਂ ਕੋਲੇ ਕਿਹੜਾ ਵਰਗ ਜਿਹੜਾ ਉਹ ਜ਼ਿਆਦਾ ਜਾਂਦਾ ਨੌਜਵਾਨ ਬੀਬੀਆਂ ਜਾਂ ਬਜ਼ੁਰਗ ਕਿਹੜਾ ਜ਼ਿਆਦਾ ਜਾਂਦਾ ਅਸਲ ਚ ਸ਼ਿਕਾਰ ਜ਼ਿਆਦਾ ਹੁੰਦਾ ਹਾਂ ਅਸਲ ਚ ਗੱਲ ਇਹ ਹੈ ਬਈ ਗੁਰਤੀ ਤਾਂ ਸਾਨੂੰ ਮਿਲਦੀ ਆ ਧਰਮ ਦੀ ਦੁੱਧ ਤੋਂ ਹੀ ਜਿਵੇਂ ਜਿਹੜਾ ਸਿੱਖ ਧਰਮ ਦਾ ਜੰਮਿਆ ਵਿਦਿਆਰਥੀ ਆ ਉਹਨੂੰ ਉਹੋ ਜਿਹੀਆਂ ਕਥਾਵਾਂ ਉਹੋ ਜਿਹੀਆਂ ਕਹਾਣੀਆਂ ਉਹੋ ਜਿਹਾ ਸਾਰਾ ਰਹਿਣ ਸਹਿਣ ਜਦੋਂ ਮਾਂ ਬੀਬੀ ਛੋਟੇ ਬੱਚੇ ਨੂੰ ਨਾਲ ਲੈ ਕੇ ਜਾਂਦੀ ਹੈ ਕਿਉਂਕਿ ਨਾਲ ਤਾਂ ਉਹਨੂੰ ਲਿਜਾਣਾ ਪੈਣਾ ਬੱਚਾ ਛੋਟਾ ਹੈ ਉਹ ਕਿਸੇ ਧਾਰਮਿਕ ਰਸਮ ਨੂੰ ਪੂਰਨ ਗਈ ਆ ਉੱਥੇ ਪਾਠ ਪ੍ਰਕਾਸ਼ ਹੋਇਆ ਵਾ ਉਹਨੂੰ ਅਸੀਂ ਮੱਥਾ ਟੇਕਣ ਵਾਸਤੇ ਕਹਿੰਦੇ ਆ ਉਹਨੂੰ ਉਹ ਨਿਯਮ ਅਸੀਂ ਦੱਸਦੇ ਆ ਜਿਹੜੇ ਨਿਯਮ ਉਹਨੇ ਫਾਲੋ ਕਰਨੇ ਆ ਅਸੀਂ ਉਹਦੇ ਦੁੱਧ ਤੋਂ ਲਾ ਕੇ ਉਹਨੂੰ ਦੇਣਾ ਸ਼ੁਰੂ ਕਰਤਾ ਉਹ ਸਾਰਾ ਕੁਝ ਉਹ ਤਾਂ ਸੁਭਾਅ ਕੋਨੇ ਸਿੱਖ ਜਾਣਾ ਇੱਕ ਜਿਹੜੀਆਂ ਬੀਬੀਆਂ ਸਾਡੇ ਘਰਾਂ 'ਚ ਇਨਾਂ ਦਾ ਰੋਟੀ ਟੁੱਕ ਪਕਾਉਣ ਤੋਂ ਬਿਨਾ ਘਰ ਦਾ ਆਮਦਨ ਦੇ ਨਾਲ ਨਾ ਜੁੜੇ ਹੋਣਾ ਬਹੁਤੀਆਂ ਦੀ ਗੱਲ ਕਰਦਾ ਮੈਂ ਬਹੁਤੀਆਂ ਨਹੀਂ ਜੁੜੀਆਂ ਵਿਚਾਰੀਆਂ ਆਮਦਨ ਦੇ ਨਾਲ ਉਹ ਘਰ ਦਾ ਸਾਰਾ ਕੰਮ ਸਵੇਰ ਵੇਲੇ ਰੋਟੀ ਪਕਾ ਲਈ ਬਣਾ ਲਈ ਦੁਪਹਿਰ ਵੇਲੇ ਫੇਰ ਬਣਾ ਲਈ ਭਾਂਡੇ ਮਾਜਲੇ ਸ਼ਾਮ ਵਾਲੇ ਫੇਰ ਬਣਾ ਲਈ ਭਾਂਡੇ ਮਾਜਲੇ ਮਤਲਬ ਕੋਈ ਕੰਮ ਆ ਇਕਵੇਂ ਥਕੇਵੇਂ ਵਾਲਾ ਕੰਮ ਹੈ ਹੂੰ ਹੁਣ ਮੇਰੇ ਘਰ ਵਾਲੀ ਬਾਹਰ ਗਈ ਵੀ ਹੈ ਸ਼੍ਰੀਮਤੀ ਜੀ ਹੁਣ ਮੈਂ ਘਰ ਦਾ ਕੰਮ ਆਪ ਕਰਦਾ ਮੈਨੂੰ ਪਤਾ ਵੀ ਬਹੁਤ ਕੀਮਤ ਕੀਮੇ ਵਾਲਾ ਕੰਮ ਆ ਬੜਾ ਕਰਨਾ ਔਖਾ ਹੈ ਉਹ ਬੀਬੀਆਂ ਵਿਚਾਰੀਆਂ ਰੋਜ਼ ਕਰਦੀਆਂ ਉਹਨਾਂ ਨੂੰ ਅਸੀਂ ਕਿਸੇ ਪਹਾੜਾਂ 'ਚ ਘੁੰਮਣ ਦੀ ਆਗਿਆ ਨਹੀਂ ਦਿੰਦੇ ਕਿਸੇ ਅਸੀਂ ਹੋਰ ਥਾਂ ਤੇ ਜਿੱਥੇ ਕਿਤੇ ਉਹਨਾਂ ਦਾ ਮਨੋਰੰਜਨ ਹੋ ਜਾਏ ਉੱਥੇ ਜਾਣ ਦੀ ਆਗਿਆ ਨਹੀਂ ਦਿੰਦੇ ਉਹਨਾਂ ਕੋਲ ਇੱਕੋ ਹੀ ਹੁੰਦਾ ਵੀ ਧਾਰਮਿਕ ਕੋਈ ਮਸੱਇਆ ਲੱਗਦੀ ਹੈ ਕਿਤੇ ਜਾਂ ਕੋਈ ਪੁੰਨਿਆਂ ਲੱਗਦੀ ਹੈ ਜਾਂ ਕੋਈ ਹੋਰ ਧਾਰਮਿਕ ਕੋਈ ਬਾਬਾ ਕੋਈ ਪਖੰਡ ਕਰਦਾ ਕਿਤੇ ਉੱਥੇ ਜਾਣ ਦੀ ਆਗਿਆ ਸੀ ਉਹਨੂੰ ਦੇ ਦਿੰਦੇ ਆ ਕਿਉਂਕਿ ਪਾਸੇ ਵਾਲੀਆਂ ਬੀਬੀਆਂ ਵੀ ਇਕੱਠੀਆਂ ਹੋ ਕੇ ਆ ਜਾਂਦੀਆਂ ਵੀ ਚਲੋ ਆਪਾਂ ਉੱਥੇ ਚੱਲ ਗਏ ਹੋਰ ਸਾਡੇ ਪ੍ਰਾਣੀਆਂ ਬੀਬੀਆਂ ਦਾ ਜਿਹੜਾ ਰਿਸ਼ਤਾ ਸੀ ਉਹ ਅਸੀਂ ਤਕਰੀਬਨ ਆਪ ਕਰਦੇ ਸੀ ਆਪੇ ਦੇਖ ਕੇ ਜਾ ਕੇ ਲੱਭ ਕੇ ਉਹਨਾਂ ਨੇ ਵਿਚਾਰੀਆਂ ਨੇ ਉਹ ਵੇਖਿਆ ਵੀ ਨਹੀਂ ਸੀ ਹੁੰਦਾ ਫੇਰ ਥੋੜੀ ਜੀ ਵੇਖਣ ਦੀ ਖੁੱਲ ਦੇਣ ਲੱਗੇ ਮੇਚਾਲ ਭੈਣਾ ਜਾ ਕੇ ਵੇਖਿਆਉਣ ਗਿਆ ਬੇ ਕੁੜੀ ਸੋਣੀ ਆ ਕਿ ਨਹੀਂ ਸੋਣੀ ਵੀ ਅਸੀਂ ਫੇਰ ਰਿਸ਼ਤਾ ਕਰਨ ਲੱਗੇ ਪਹਿਲਾਂ ਤਾਂ ਲੱਗ ਹੀ ਕਰਿਆ ਹੁੰਦਾ ਸੀ ਫੇਰ ਆ ਗਈ ਗੱਲ ਚਲੋ ਮਾਪਿਓ ਦੇਖਣ ਲੱਗੇ ਫੇਰ ਹੌਲੀ ਹੌਲੀ ਅਸੀਂ ਕਿਉਂਕਿ ਸਾਡੇ ਤੇ ਉਹ ਪ੍ਰਭਾਵ ਸਾਰਾ ਪਛਮੀ ਪ੍ਰਭਾਵ ਪਿਆ ਨਾਲ ਦੀ ਨਾਲ ਵੀ ਜੀਵਨ ਸਾਥੀ ਜਿਹਦੇ ਨਾਲ ਅਸੀਂ ਸਾਰੀ ਜ਼ਿੰਦਗੀ ਰਹਿਣਾ ਹੈ ਘੱਟੋ ਘੱਟ ਉਹਦੇ ਸੁਭਾਅ ਦਾ ਉਹਦੇ ਕੱਦ ਕਾਠ ਦਾ ਉਹਦੇ ਸੋਹਣੇ ਦਾ ਉਹਦੇ ਪੜੇ ਲਿਖੇ ਦਾ ਹੋਣਾ ਕੁੜੀ ਨੂੰ ਤਾਂ ਪਤਾ ਹੋਵੇ ਫੇਰ ਅਸੀਂ ਔਰਤਾਂ ਨੂੰ ਅੱਗੇ ਦੇਤੀ ਭੈਣਾਂ ਨੂੰ ਆਪਦੀਆਂ ਚਲਵੇ ਹੁਣ ਅੱਜ ਦਾ ਕੀ ਹੈ ਸਮਾਜ ਵੀ ਅੱਜ ਦਾ ਸਮਾਜ ਕਹਿੰਦਾ ਭਾਈ ਗੱਲਬਾਤ ਆਪਦੀ ਹੂੰ ਪਹਿਲਾਂ ਇੱਕ ਦੂਜੇ ਦਾ ਨੰਬਰ ਲੈਂਦੇ ਆ ਫੋਨ ਲੈਂਦੇ ਆ ਇੱਕ ਦੂਜੇ ਨੂੰ ਮਤਲਬ ਸਮਝਦੇ ਆ ਵੀ ਉਹਦਾ ਦਿਮਾਗ ਕਿ ਹੋ ਜਾ ਮੇਰੇ ਮੇਚ ਦਾ ਹੈਗਾ ਜਾਂ ਨਹੀਂ ਹੈਗਾ ਪਹਿਲੀ ਗੱਲ ਤਾਂ ਜਿਹੜੇ ਪੜਦੇ ਆ ਬੱਚੇ ਉਹ ਇਕੱਠੇ ਵਿਆਹ ਕਰਾ ਲੈਂਦੇ ਆ ਅਸੀਂ ਉਹਨੂੰ ਮਾੜਾ ਨਹੀਂ ਗਿਣਦੇ ਵੀ ਉੱਥੇ ਵਿਆਹ ਉਹਨੇ ਕਿਉਂ ਕਰਾ ਲਿਆ ਹੁਣ ਸਾਡਾ ਜਿਹੜਾ ਪਛੋਕੜਾ ਉਹ ਕੀ ਕਹਿੰਦਾ ਸੀ ਉਹ ਕਹਿੰਦਾ ਸੀ ਵੀ ਤੇਰੇ ਸੰਯੋਗ ਜੀ ਦੇ ਨਾਲ ਲਿਖਿਆ ਉਸੇ ਨਾਲ ਹੋਣਾ ਹੁਣ ਜਿਹੜਾ ਸਾਡਾ ਉਹ ਗੁਰੂ ਆ ਜਿਹੜਾ ਸਾਰਿਆਂ ਨੂੰ ਇਕੱਠੇ ਕਰਦਾ ਰਿਹਾ ਜਿਹਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਉਸ ਗੁਰੂ ਨੇ ਸਾਨੂੰ ਇਕੱਠੇ ਕੀਤਾ ਇੱਕ ਬਾਟੇ ਚ ਅਮਰਤ ਪਿਆ ਸਿਰਫ ਇਹਸ ਕਰਕੇ ਪਿਆ ਵੀ ਤੁਸੀਂ ਇਕ ਤੇ ਹਰ ਜੇ ਜੇ ਅਮਰਤ ਪਿਉਣ ਵਾਲਾ ਗੁਰੂ ਸਾਨੂੰ ਇਹ ਕਹਿੰਦਾ ਵੀ ਇਕੱਠੇ ਹੋ ਜੋ ਤੇ ਪਿੱਛੇ ਕੋਈ ਤਾਕਤ ਲਿਖਦੀ ਹੈ ਵੀ ਜੱਟ ਦਾ ਜੱਟ ਦੇ ਵਿਆਹ ਕਰਨਾ ਦੂਜਾ ਦਾ ਦੂਜਾ ਦੇ ਕਰਨਾ ਵਿਆਹ ਜਿਹੜਾ ਵਿਆਹ ਵੇਲੇ ਜਾਤਾਂ ਪਾਤਾਂ ਨੂੰ ਪਰਖਦਾ ਵੀ ਜਾਤਾਂ ਪਾਤਾਂ ਦੇ ਹੀ ਜਾਤਾਂ ਪਾਤਾਂ ਦੇ ਵਿਆਹ ਹੋਣੇ ਆ ਤੇ ਉਹ ਤੁਸੀਂ ਵੇਖੋ ਵੀ ਉਹ ਜਿਹੜਾ ਫਲਸਫਾ ਜਿਹੜਾ ਇਹ ਜੀ ਗੱਲ ਕਰਦਾ ਵੀ ਇਸ ਵਿਆਹ ਐਸੇ ਹੋਣੇ ਤੇ ਉਹਦੇ ਚ ਉਹ ਜਿਹੜਾ ਸੰਜੋਗਾ ਵਾਲਾ ਮਸਲਾ ਹੂੰ ਉਹ ਫਿਰ ਜਾਂ ਤਾਂ ਸਾਡੇ ਉਹ ਗੁਰੂ ਦੇ ਅੱਖੇ ਨਹੀਂ ਲੱਗਾ ਜਾਂ ਸਾਨੂੰ ਗੁਰੂ ਨੇ ਗਲਤ ਸਿਖਾਇਆ ਵੀ ਸਾਰੇ ਤੁਸੀਂ ਇਕੱਠੇ ਹੋ ਵੋ ਇੱਕ ਪਾਸੇ ਸਾਨੂੰ ਇਕੱਠੇ ਕੀਤਾ ਇੱਕ ਪਾਸੇ ਅਸੀਂ ਉਸ ਫਲਸਫੇ ਨੂੰ ਮੰਨੀ ਜੇ ਤੇ ਅੱਜ ਕੁੜੀਆਂ ਜਿਹੜੀਆਂ ਵਿਆਹਾਂ ਵੰਗੀਆਂ ਉਹ ਕੁਝ ਨਹੀਂ ਵੇਖਦੀਆਂ ਹੁਣ ਤੁਸੀਂ ਕੈਨੇਡਾ ਇੰਗਲੈਂਡ ਚਲੇ ਜਾਓ ਉੱਥੇ ਕੋਈ ਮਤਲਬ ਨਹੀਂ ਦਾ ਜਾਤ ਪਾਤ ਦਾ ਜਾਂ ਹੋਰ ਅਸਲ ਚ ਕੀ ਹੈ ਵੀ ਚਾਹੇ ਉਹ ਰਵਦਾਸ਼ੀਆ ਸਿੱਖ ਹੈ ਚਾਹੇ ਉਹ ਮਾਜੀ ਸਿੱਖ ਹੈ ਚਾਹੇ ਉਹ ਕਿਸੇ ਉੱਚ ਜਾਤੀ ਦਾ ਚਾਹੇ ਨੀਵੀਂ ਜਾਤੀ ਦਾ ਜੇ ਉਹ ਬੱਚਾ ਚੰਗੀ ਵਿੱਦਿਆ ਲੈਂਦਾ ਤੇ ਚੰਗੀ ਵਿੱਦਿਆ ਕੁੜੀ ਲੈਂਦੀ ਆ ਉਹਨਾਂ ਦੇ ਵਿਚਾਰ ਆਪੋ ਵਿੱਚ ਹੀ ਦੱਸਦੇ ਆ ਅੱਜ ਕੱਲ ਮਸਲਾ ਵਿਚਾਰਾਂ ਦਾ ਬਣ ਗਿਆ ਕਿਸੇ ਕਿਸੇ ਦੀ ਇਹੋ ਜੀ ਰੇਖ ਮੇਖ ਨਹੀਂ ਵਿੱਚ ਵੱਜਦੀ ਵੀ ਤੇਰੇ ਸਹਯੋਗ ਕਿਹਦੇ ਨਾਲ ਲਿਖੇ ਉਹ ਸਹਯੋਗ ਬੱਚੇ ਆਪੇ ਲਿਖਣ ਲੱਗ ਗਏ ਜਦੋਂ ਸਹਯੋਗ ਬੱਚੇ ਆਪੇ ਲਿਖਣ ਲੱਗ ਗਏ ਤੇ ਫਿਰ ਜਾਤਾਂ ਪਾਤਾਂ ਨੇ ਵੀ ਰਹਿਣਾ ਨਹੀਂ ਹੁਣ ਇਹ ਆਖਰੀ ਪੜਾਅ ਤੇ ਆ ਜਾਤਾਂ ਪਾਤਾਂ ਸਾਰੀਆਂ ਇਹਨਾਂ ਨੇ ਰਹਿਣਾ ਨਹੀਂਗਾ ਖੜਨਾ ਨਹੀਂਗਾ ਇਹ ਲਾਜ਼ਮੀ ਆ ਵੀ ਇਹ ਕਿਹੜਾਂ ਤਲਾਜਰੀ ਮਿਲੂਗੀ ਅੱਛਾ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੁਝ ਕਹਿਣਾ ਹੋਵੇ ਆ ਦਰਸ਼ਕਾਂ ਤੋ ਅਸਲ ਇਹੀ ਗੱਲ ਹੈ ਵੀ ਇੱਕ ਤਾਂ ਜਿਹੜੀ ਮੈਂ ਗੱਲ ਇੱਥੇ ਬੀਬੀਆਂ ਦੀ ਕੀਤੀ ਹੈ ਵੀ ਅਸੀਂ ਧਾਰਮਿਕ ਸਥਾਨ ਤੇ ਹੀ ਬੀਬੀਆਂ ਨੂੰ ਜਾਣ ਦਿੰਨੇ ਆ ਇੱਕ ਤਾਂ ਸਾਡੇ ਇਸ ਵੇਲੇ ਨਾ YouTube ਤੇ ਬਹੁਤ ਸਾਰੇ ਇਹੋ ਜਿਹੇ ਲੈਕਚਰ ਜਿਵੇਂ ਇਹਨਾਂ ਦਾ ਸੋਹੀ ਸਵੇਰ ਚੈਨਲ ਆ ਹੋਰ ਬਹੁਤ ਸਾਰੇ ਇਹੋ ਜਿਹੇ ਚੈਨਲ ਆ ਜਿਹੜੇ ਤੁਹਾਨੂੰ ਚੰਗੀ ਸਮਝ ਚੰਗੀ ਸੋਚ ਚੰਗੇ ਲੈਕਚਰ ਥੋੜੀ ਜੇਵ ਦਾ ਪੈਸਾ ਜੇਬ ਤੱਕ ਰੱਖਣ ਲਈ ਪ੍ਰੇਰਦੇ ਆ ਵੀ ਤੁਹਾਡੀ ਜੇਬ ਦਾ ਪੈਸਾ ਜੇਬ ਤੱਕ ਹੀ ਰਹਿਣਾ ਚਾਹੀਦਾ ਕਿਸੇ ਨਜਾਇਜ਼ ਥਾਂ ਤੇ ਉਹ ਪੈਸਾ ਨਾ ਜਾਵੇ ਕਿਉਂਕਿ ਜੇ ਨਜਾਇਜ਼ ਥਾਂ ਤੇ ਕਿਤੇ ਪਾਣੀ ਵੀ ਡੁੱਲਦਾ ਨਾ ਤੇ ਉੱਥੇ ਨਦੀਨ ਪੈਦਾ ਹੋ ਜਾਂਦਾ ਜਿਹੜੇ ਜਿੱਥੇ ਕੰਮ ਵਾਲੇ ਥਾਂ ਆਪਾਂ ਪਾਣੀ ਨਹੀਂ ਡੋਲਦੇ ਉਹ ਵੈਸੇ ਡੁੱਲੀ ਜਾਂਦਾ ਨਾਲੇ ਤਾਂ ਪਾਣੀ ਦੀ ਇੱਕ ਵਾਰ ਤੋਂ ਹੋ ਹੀ ਜਾਂਦੀ ਨਾਲੇ ਉੱਥੇ ਨਦੀਨ ਪੈਦਾ ਹੋ ਗਿਆ ਜੇ ਤੁਹਾਡੀ ਜੇਬ ਦਾ ਪੈਸਾ ਕਿਸੇ ਨਜਾਇਜ਼ ਥਾਂ ਤੇ ਜਾਂਦਾ ਉੱਥੇ ਨਦੀਨ ਪੈਦਾ ਹੋਊਗਾ ਧਰਤੀ ਤੇ ਕਿਹੋ ਜਿਹਾ ਨਦੀਨ ਜਿਹੜਾ ਤੁਹਾਡੀਆਂ ਜੇਬਾਂ ਨੂੰ ਤੁਹਾਡੇ ਰਹਿਣ ਸਹਿਣ ਨੂੰ ਤੁਹਾਡੇ ਇਸ ਸੰਘਰਸ਼ ਦੇ ਰਾਹ ਨੂੰ ਬੰਦ ਕਰ ਦੂਗਾ ਸੋ ਮੇਰੀ ਬੇਨਤੀ ਹੈ ਵੀ ਬੀਬੀਆਂ ਘਰ ਤੋਂ ਘੱਟ ਇਹੋ ਜਿਹਾ ਜਿਉਓ ਪੜ ਨਹੀਂ ਸਕਦੀਆਂ ਪਹਿਲੀ ਗੱਲ ਤਾਂ ਕਿਤਾਬਾਂ ਪੜਨ ਵੱਧ ਤੋਂ ਵੱਧ ਦੂਜਾ ਜੇ ਨਹੀਂ ਪੜ ਸਕਦੀਆਂ ਤਾਂ ਰੋਟੀ ਆਟਾ ਗੁੰਨਣ ਵੇਲੇ ਜਾਂ ਕਿਸੇ ਹੋਰ ਇਹੋ ਜਿਹਾ ਕੰਮ ਕਰਨ ਵੇਲੇ ਉਹ ਜ਼ਰੂਰ ਇਹੋ ਜਿਹਾ ਕੋ ਚੰਗਾ ਲੈਕਚਰ ਕੋ ਚੰਗੀ ਕਹਾਣੀ ਕੋ ਚੰਗਾ ਹੋਰ ਸਾਰਾ ਸੁਣ ਲਿਆ ਕਰਨ ਜੀ ਦੇ ਚ ਉਹਨਾਂ ਨੂੰ ਸਿੱਖਿਆ ਮਿਲੇ ਵੀ ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਹੈ ਤੇ ਘਰ ਦਾ ਪੈਸਾ ਘਰ ਦੇ ਵਿੱਚ ਰੱਖਣਾ ਕਿਵੇਂ ਹੈ ਤੇ ਉਹ ਵਾਧੂ ਥਾਂ ਤੋਂ ਅਸੀਂ ਪੈਸਾ ਜਾਣ ਤੋਂ ਰੋਕਣਾ ਕਿਵੇਂ ਹੈ ਇਹ ਸਾਰਾ ਦਰਸ਼ਕਾਂ ਨੂੰ ਅੱਜ ਦਿਨ ਮੇਰਾ ਸੁਨੇਹਾ ਇਹੀ ਹੋਗਾ ਸਮਾਂ ਘੱਟ ਹੈ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਫਿੱਖੀ ਜੀ ਮੇਹਰਬਾਨੀ ਬਹੁਤ ਤੁਹਾਡਾ ਸ਼ੁਕਰੀਆ ਸੋ ਦੋਸਤੋ ਇਸ ਪ੍ਰੋਗਰਾਮ ਦੇ ਬਾਰੇ ਤੁਸੀਂ ਆਪਣੀ ਫੀਡਬੈਕ ਸਾਨੂੰ ਜਰੂਰ ਭੇਜਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਣਾ ਭੁੱਲਿਓ ਧੰਨਵਾਦ